May the new year blessings be upon every one of you. और सबना ते प्रभु यीशु दे नाम ते नमः सादियां बरकतां आशीषां ऑन और सबनु मिलन. It's not a good start for me this morning. और आज दी जड़ी शुरुआत है जहाँ स्टार्ट है चंगी नहीं लगी मैंनु. Can you imagine a pastor walking into a church without his Bible? और एक पादरी चर्च विच आवे अपनी बाइबल कार छड़े आवे. I did that today. मेरी पादरी साहब कहंदे मेरी बाइबल आज कार रह गई राश विच. I took my Bible to my bedroom. मैं अपनी बाइबल पढ़ने ली बेडरूम च ले गया सा. I read the final bit and I kept it on my bed. और बाइबल नु पढ़ के मैं अपने बिस्तर ते रख दी. All my sermon notes are there. मेरे आज दे सरमन दे सारे नोट जो वचन सुना सी उथे रह गए. You going to say what you going to do today? तो तुसी आके के पादरी साहब प्रचार की करना कलाम की सुनाना. I will preach everything I have written that I got a good memory. जो कुछ भी याद है जो लिखा सीगा उते ओनु मैं कोशिश करंगा. When I came here, I was looking for a Bible in the church. और जो दे मैं चर्च विच अंदर आया मैं अपनी बाइबल लाभ रहा सा. There's always a Bible in the church. चर्च विच बहुत सारी बाइबल हैं. You can have mine. And I found this Bible has been lying around. और एक बाइबल जड़ी मिल गई. And maybe some of you use it when you don't bring your Bible. ਜਦੋਂ ਤੁਸੀਂ ਆਪਣੀ ਬਾਈਬਲ ਨਹੀਂ ਲੈ ਕੇ ਆਉਂਦੇ ਤੁਸੀਂ ਇਸ ਬਾਈਬਲ ਨੂੰ ਇਸਤੇਮਾਲ ਕਰ ਸਕਦੇ ਚਰਚ ਵਿੱਚ ਹੈ Whoever is this Bible thank you for leaving this Bible in the church ਔਰ ਜਿਹਦੀ ਕਿਹਦੀ ਵੀ ਇਹ ਬਾਈਬਲ ਹੈ ਜਾਂ ਕੋਈ ਭੁੱਲ ਗਿਆ ਸੀ ਸ਼ੁਕਰੀਆ ਇਸ ਬਾਈਬਲ ਦੇ ਲਈ As I opened it says do not take away ਔਰ ਬਾਈਬਲ ਤੇ ਲਿਖਿਆ ਹੋਇਆ ਅਗਰ ਇਹ ਬਾਈਬਲ ਚਰਚ ਭੁੱਲ ਜਾਏ ਪਲੀਜ਼ ਇਹਨੂੰ ਘਰ ਨਹੀਂ ਲੈ ਕੇ ਜਾਣਾ And it's written there in big letters ਜਿਹਦੀ ਵੀ ਬਾਈਬਲ ਹੈ ਉਹਨੇ ਲਿਖਿਆ ਹੋਇਆ ਦਿੱਤੇ Then it says to our dearest daughter Koyo ਤੇ ਲਿਖਿਆ ਜਿਸ ਨੂੰ ਵੀ ਦਿੱਤੀ ਹੈ ਆਪਣੀ ਬੇਟੀ ਨੂੰ ਕਿਸ ਨੇ ਦਿੱਤੀ ਹੈ ਦ ਇਨਵੈਲਿਬਲ ਗਿਫਟ ਵੀ ਗਿਵ ਯੂ ਐਟ ਯੋਰ ਕਨਫਰਮੇਸ਼ਨ ਐਸ ਓਨਲੀ ਦਿਸ ਗਿਫਟ ਇਜ਼ ਐਵਰਲਾਸਟਿੰਗ ਔਰ ਇਹੋ ਜਿਹਾ ਗਿਫਟ ਜਿਹੜਾ ਕਦੀ ਨਾਸ਼ ਨਹੀਂ ਹੋ ਸਕਦਾ ਆਪਣੀ ਬੇਟੀ ਨੂੰ ਕਿਸੇ ਨੇ ਉਹਨਾਂ ਦੀ ਕਨਫਰਮੇਸ਼ਨ ਤੇ ਦਿੱਤਾ ਸੀ ਐਂਡ ਇਟ ਸੇਜ਼ ਡੈਡ ਐਂਡ ਮਾ ਔਰ ਮੰਮੀ ਔਰ ਡੈਡੀ ਵੱਲੋਂ ਇਹ ਗਿਫਟ ਹੈ ਕਿਸੇ ਦੀ ਬੇਟੀ ਲਈ 13th June 2004 2004 ਸਾਲ ਦੀ ਗੱਲ ਹੈ ਤਕਰੀਬਨ 11 ਸਾਲ ਪਹਿਲਾਂ ਐਂਡ ਇਟ ਸੇਜ਼ ਵੀ ਲਵ ਯੂ ਵੈਰੀ ਮੱਚ ਔਰ ਆਪਣੀ ਬੇਟੀ ਨੂੰ ਲਿਖਿਆ ਸੀ ਤੈਨੂੰ ਬਹੁਤ ਪਿਆਰ ਕਰਦੇ ਹਾਂ ਆਈ ਹੈਡ ਟੂ ਰੀਡ ਦੈਟ ਮੈਸੇਜ ਅਗੇਨ ਔਰ ਇਹ ਮੈਂ ਮੈਸੇਜ ਬਾਅਦ ਵਿੱਚ ਅੱਜ ਪੜ੍ਹ ਲਿਆ ਬਟ ਥੈਂਕ ਗੋਡ ਫॉर द ਵਰਡ ਆਫ ਗੋਡ ਲੇਕਿਨ ਪ੍ਰਭੂ ਦਾ ਸ਼ੁਕਰ ਕਰਦੇ ਹਾਂ ਖੁਦਾ ਬਾਪ ਦਾ ਉਹਦੇ ਕਲਾਮ ਲਈ ਉਹਦੇ ਵਚਨ ਲਈ ਉਹਦੀ ਬਾਣੀ ਲਈ ਸਮ ਪੀਪਲ ਕੈਨ ਓਨਲੀ ਪ੍ਰੀਚ ਫਰਮ देयर ਓਨ ਬਾਈਬਲਸ ਕਈ ਲੋਕ ਉਦੋਂ ਹੀ ਵਚਨ ਜਾਂ ਕਲਾਮ ਸੁਣਾ ਸਕਦੇ ਹਨ ਜਦੋਂ ਉਹਨਾਂ ਦੀ ਆਪਣੀ ਬਾਈਬਲ ਉਹਦੇ ਹੱਥ ਵਿੱਚ ਹੋਵੇ ਬਟ ਆਮ ਓਕੇ ਐਸ ਲੌਂਗ ਐਸ ਇਟਸ ਅ ਵਰਡ ਆਫ ਗੋਡ ਆਈ ਕੈਨ ਪ੍ਰੀਚ ਫਰਮ ਗੋਡ ਪਰ ਜਿੰਨਾ ਚਿਰ ਇਹ ਪ੍ਰਭੂ ਦਾ ਵਚਨ ਹੈ ਖੁਦਾ ਦਾ ਪਾਕ ਕਲਾਮ ਹੈ ਮੈਂ ਕਿਸੇ ਵੀ ਬਾਈਬਲ ਨੂੰ ਖੋਲ ਕੇ ਉਹ ਚੋਂ ਸੁਣਾ ਸਕਦਾ ਇਸ ਦ ਨਿਊ ਇਅਰ ਟ੍ਰੀਟਿੰਗ ਯੂ ਗੁੱਡ ਕੀ ਨਵਾਂ ਸਾਲ ਤੁਹਾਡੇ ਲਈ ਖੁਸ਼ੀਆਂ ਭਰਿਆ ਹੈ ਆਰ ਯੂ ਸ਼ੋਰ ਸੁਖ ਸ਼ਾਂਤੀ ਦਾ ਹੈ ਸਮ ਹੈਮਸ ਆਰ ਸਟਿਲ ਕਮਿੰਗ ਆਊਟ ਸਲੋਲੀ ਕਈਆਂ ਦੇ ਹੱਥ ਥੱਲੇ ਆ ਥੋੜੇ ਉੱਪਰ ਆ ਰਹੇ ਨੇ ਆਰ ਯੂ ਹੈਵਿੰਗ ਅ ਗੁੱਡ ਨਿਊ ਇਅਰ ਕੀ ਤੁਹਾਡਾ ਨਵਾਂ ਸਾਲ ਗੁੱਡ ਨਵਾਂ ਸਾਲ ਹੈ ਪ੍ਰੇਜ਼ ਗੋਡ ਫॉर दैट ਆਮੇਨ ਪ੍ਰਭੂ ਦੀ ਤਾਰੀਫ ਹੋਵੇ ਨਵੇਂ ਸਾਲ ਲਈ ਬਿਕਾਜ਼ ਹੀ ਲਿਵਸ ਵੀ ਕੈਨ ਫੇਸ ਟੁਮਾਰੋ ਕਿਉਂਕਿ ਸਾਡਾ ਪ੍ਰਭੂ ਯਿਸੂ ਜਿਉਂਦਾ ਹੈ ਅਸੀਂ ਨਵੇਂ ਸਾਲ ਦਾ ਜਿਉਂਦੇ ਪ੍ਰਭੂ ਨਾਲ ਸਾਹਮਣਾ ਕਰ ਸਕਦੇ ਹਾਂ ਆਈ ਵਾਸ ਸੋ ਬlesed ਟੂ ਹੀਅਰ ਫਰਮ ਮਾਈ ਕਜ਼ਨ ਸਨ ਵਿਜ਼ਿਟਿੰਗ ਹੀਅਰ ਫਰਮ ਮਸਕਟ ਹੀ ਟੋਲਡ ਮੀ ਔਰ ਮੇਰੇ ਕਜ਼ਨ ਦਾ ਜਿਹੜਾ ਇੱਕ ਬੇਟਾ ਸੀ ਮਸਕਟ ਤੋਂ ਵਿਜ਼ਿਟ ਕਰ ਰਿਹਾ ਸੀ ਉਸਨੇ ਮੈਨੂੰ ਆਖਿਆ ਹੀ ਇਜ਼ ਨਾਟ ਅ ਪੈਂਟੀਕੋਸਟਲ ਯੰਗ ਮੈਨ ਉਹ ਪੈਂਟੀਕੋਸਟਲ ਨੌਜਵਾਨ ਨਹੀਂ ਹੈ ਆਈ ਟੋਲਡ ਹਿਮ ਦ ਅਦਰ ਡੇ ਦਿਸ ਇਜ਼ ਦੀਸ ਆਰ ਦ ਥਿੰਗਸ ਵੀ ਡੂ ਇਨ ਆਵਰ ਚਰਚ ਔਰ ਉਸ ਕਜ਼ ਉਸ ਬੇਟੇ ਨੂੰ ਮੈਂ ਆਖਿਆ ਵੀ ਇਹੋ ਜਿਹਾ ਕੰਮ ਅਸੀਂ ਆਪਣੇ ਚਰਚ ਜੋ ਪੈਂਟੀਕੋਸਟਲ ਇਸ ਤਰ੍ਹਾਂ ਸੀ ਖਿਦਮਤ ਕਰਦੇ ਆ ਮਤਲਬ ਹੀ ਸੈਡ ਆਈ ਵਾਚ ਯੂ ਐਵਰੀ ਵੀਕ ਉਹ ਕਹਿੰਦਾ ਮੈਂ ਚਾਹੁੰਦਾ ਹਰ ਹਫਤੇ ਇਸ ਤਰ੍ਹਾਂ ਹੋਣੀ ਚਾਹੀਦੀ ਹੈ ਔਰ ਯੂਟਿਊਬ ਇਜ਼ ਗੋਇੰਗ ਦੇਅਰ ਐਸ ਵੈਲ ਕਿਉਂਕਿ ਯੂਟਿਊਬ ਤੇ ਸਾਡੇ ਪ੍ਰੋਗਰਾਮ ਨੂੰ ਉੱਥੇ ਦੇਖਦੇ ਨੇ ਐਂਡ ਯੂ ਟੋਲਡ ਮੀ ਦ ਮੈਸੇਜ ਆਈ ਪ੍ਰੀਚਡ ਅਬਾਊਟ 3 ਵੀਕਸ ਅਗੋ ਉਸ ਨੇ ਆਖਿਆ ਜਿਹੜਾ ਕਲਾਮ ਜਿਹੜਾ 3 ਹਫਤੇ ਤੁਸੀਂ ਵਚਨ ਪਹਿਲਾਂ ਸੁਣਾਇਆ ਸੀ ਰਿਮੈਂਬਰ ਆਈ ਆਸਕਡ ਮੈਨੀ ਆਫ ਯੂ ਹਾਊ ਮੈਨੀ ਆਫ ਯੂ ਆਰ ਰਿਚ ਟੂ ਰੇਜ਼ ਯੂਰ ਹੈਂਡ ਯਾਦ ਹੈ ਤੁਹਾਨੂੰ ਮੈਂ ਸੁਣਾਇਆ ਸੀ ਕਿ ਤੁਹਾਡੇ ਵਿੱਚੋਂ ਮਸੀਹ ਵਿੱਚ ਕਿੰਨੇ ਧਨਵਾਨ ਨੇ ਰਿਚ ਨੇ ਐਂਡ ਯੂ ਟੋਲਡ ਮੀ ਦੈਟ ਮੈਸੇਜ ਔਰ ਉਹ ਮੈਸੇਜ ਮੈਂ ਸੁਣਾਇਆ ਸੀ YouTube ਤੇ ਇਟਸ ਗੁੱਡ ਦੈਟ ਯੋਰ ਚਰਚ ਇਜ਼ ਗੋਇੰਗ ਇਨ ਦ ਮਿਡਲ ਈਸਟ ਐਂਡ ਅਰਾਊਂਡ ਦ ਵਰਲਡ ਖੁਸ਼ੀ ਦੀ ਗੱਲ ਹੈ ਕਿ ਤੁਹਾਡੇ ਚਰਚ ਦਾ ਕਲਾਮ ਪੈਗਾਮ ਜਿਹੜਾ ਹੈ ਮਿਡਲ ਈਸਟ ਕੰਟਰੀਆਂ ਵਿੱਚ YouTube ਇੰਟਰਨੈਟ ਦੇ ਦੁਆਰਾ ਜਾਂਦਾ ਹੈ ਐਂਡ ਗੋਡ ਇਜ਼ ਮੂਵਿੰਗ ਇਨ ਆਵਰ ਚਰਚ ਔਰ ਪ੍ਰਭੂ ਯਿਸੂ ਮਸੀਹ ਆਪਣੀ ਕਲੀਸਿਆ ਵਿੱਚ ਅਜੀਬ ਤਰੀਕੇ ਨਾਲ ਚੱਲ ਰਿਹਾ ਹੈ ਨਜ਼ਰ ਆ ਰਿਹਾ ਹੈ ਇਫ ਯੂ ਹੈਵਨ ਰਿਸੀਵਡ ਵਨ ਆਫ ਥੀਸ ਨਿਊ ਇਅਰ ਫੋਕਸ ਵੀ ਹੈਵ ਦ ਸ਼ੀਟ ਅਗਰ ਤੁਹਾਨੂੰ ਇਹ ਜਿਹੜਾ ਹੈ ਸ਼ੀਟ ਹੈ ਨਵੇਂ ਸਾਲ ਦਾ ਜਿਹੜਾ ਸਾਡਾ ਫੋਕਸ ਹੈ ਨਹੀਂ ਮਿਲਿਆ ਜਿੱਤਾ ਪਲੀਜ਼ ਟੇਕ ਵਨ ਟੁਡੇ देयर ਆਰ ਪਲੈਂਟੀ ਐਟ ਦ ਰਿਸੈਪਸ਼ਨ ਔਰ ਜਰੂਰ ਇਸ ਨੂੰ ਲੈਣਾ ਰਿਸੈਪਸ਼ਨ ਤੇ ਬਹੁਤ ਸਾਰੀਆਂ ਕਾਪੀਜ਼ ਪਈਆਂ ਨੇ ਇਟ ਗਿਵਸ ਅਸ ਅ ਫੋਕਸ ਫॉर ਥਿਸ ਨਿਊ ਇਅਰ ਔਰ ਸਾਡੇ ਚਰਚ ਦਾ ਨਵੇਂ ਸਾਲ ਦਾ ਜਿਹੜਾ ਫੋਕਸ ਹੈ ਧਿਆਨ ਹੈ ਇਹਨਾਂ ਗੱਲਾਂ ਤੇ ਲੱਗ ਰਿਹਾ ਹੈ ਇਟ ਸੇਜ਼ ਵੀ ਆਰ ਗੋਇੰਗ ਟੂ ਬੀ ਅ ਮੋਬਿਲਾਈਜ਼ਡ ਚਰਚ ਔਰ ਲਿਖਿਆ ਕਿ ਇਹ ਚਰਚ ਉਹ ਕਲੀਸਿਆ ਹੈ ਜੋ ਅੱਗੇ ਵਧਦੀ ਹੈ ਦੂਸਰਿਆਂ ਨੂੰ ਵਿੱਚ ਸ਼ਾਮਲ ਕਰਦੀ ਬਚਾਉਂਦੀ ਹੈ ਵੀ ਆਰ ਨਾਟ ਗੋਇੰਗ ਟੂ ਬੀ ਅ ਡੈਡ ਚਰਚ ਅਸੀਂ ਇੱਕ ਮੁਰਦਾ ਚਰਚ ਮੁਰਦਾ ਕਲੀਸਿਆ ਨਹੀਂ ਰਹਾਂਗੇ ਵੀ ਆਰ ਨਾਟ ਗੋਇੰਗ ਟੂ ਬੀ ਅ ਰਿਚੁਅਲ ਸੈਰੇਮੋਨੀਅਲ ਕਾਈਂਡ ਆਫ ਚਰਚ ਜਾਂ ਰੀਤੀ ਰਿਵਾਜ਼ਾਂ ਵਾਲਾ ਕੋਈ ਇਹੋ ਜਿਹਾ ਚਰਚ ਜਿਹੜਾ ਸੁੱਤਾ ਹੋਇਆ ਹੈ ਵੀ ਗੋਇੰਗ ਟੂ ਬੀ ਅ ਚਰਚ ਦੈਟ ਇਜ਼ ਇੰਪੈਕਟਿੰਗ ਆਵਰ ਵਰਲਡ ਐਂਡ ਆਵਰ ਕਮਿਊਨਿਟੀ ਇਹੋ ਜਿਹੀ ਕਲੀਸਿਆ ਚਰਚ ਬਣਨਾ ਚਾਹੁੰਦੇ ਹਾਂ ਜੋ ਸਾਡੇ ਸਮਾਜ ਉੱਪਰ ਸਾਡੀ ਦੁਨੀਆ ਉੱਪਰ ਸਾਡੀਆਂ ਜ਼ਿੰਦਗੀਆਂ ਦਾ ਮਸੀਹ ਦਾ ਅਸਰ ਪਵੇ ਵੀ ਡੋਨਟ ਵਾਂਟ ਐਨੀ ਲੇਜ਼ੀ ਕ੍ਰਿਸਚੀਅਨਸ ਔਰ ਲੇਜ਼ੀ ਪਾਸਟਰਸ ਇਨ ਦਿਸ ਚਰਚ ਇਹੋ ਜਿਹੇ ਮਸੀਹ ਲੋਕ ਇਸ ਚਰਚ ਵਿੱਚ ਨਾ ਹੋਣ
Everyone is going to be active and we're going to move forward. ਹਰ ਇੱਕ ਜਣਾ ਰੂਹ ਦੇ ਵਿੱਚ ਆਤਮਾ ਵਿੱਚ ਮਜ਼ਬੂਤ ਰਹੇਵੇ, ਜਾਗਦਾ ਰਹੇ ਔਰ ਮਿਲ ਕੇ ਅੱਗੇ ਵਧਾਂਗੇ. Can I hear an amen for that? ਜਰਾ ਆਮੀਨ ਬੋਲੋ. Praise God. So you are with me, aren't you? Yeah, I am with you as well. ਤੁਸੀਂ ਮੇਰੇ ਨਾਲ ਹੋ, ਮੈਂ ਤੁਹਾਡੇ ਨਾਲ ਹਾਂ, ਮਿਲ ਕੇ ਅੱਗੇ ਵਧਾਂਗੇ. Turn your Bibles to Matthew's Gospel, please. ਆਪਣੀ ਬਾਈਬਲ ਨੂੰ ਖੋਲਿਏ, ਮੱਤੀ ਦੀ ਕਿਤਾਬ. And chapter 28. ਉਸ ਦਾ 28 chapter. Verses 19 and 20. ਔਰ 19 ਔਰ 20 ਜਿਹੜੀ verse ਹੈ, ਦੇਖੋ ਕੀ ਲਿਖਿਆ ਹੈ. These are the words of our Lord Jesus Christ. ਔਰ ਪ੍ਰਭੂ ਯਿਸੂ ਮਸੀਹ ਦੇ ਇਹ ਸ਼ਬਦ ਨੇ ਕਲਾਮ ਹੈ. And he said like this. ਪ੍ਰਭੂ ਯਿਸੂ ਨੇ ਇਸ ਤਰ੍ਹਾਂ ਆਖਿਆ. Therefore go into all the world. ਜਾਓ ਧਰਤੀ ਦੇ ਬੰਨਿਆਂ ਤੀਕਰ ਜਾਓ. Oh, let me just read from this one. Therefore go and make disciples of all nations. ਜਾਓ ਸਾਰੇ ਮੁਲਕਾਂ ਵਿੱਚ, ਦੇਸ਼ਾਂ ਵਿੱਚ ਮੇਰੇ ਨਾਮ ਤੇ ਲੋਕਾਂ ਨੂੰ ਚੇਲੇ ਜਾਂ ਸ਼ਾਗਿਰਦ ਬਣਾਓ. Baptizing them in the name of the Father and of the Son and of the Holy Spirit. ਉਹਨਾਂ ਨੂੰ ਪਿਤਾ, ਪੁੱਤਰ, ਪਵਿੱਤਰ ਆਤਮਾ ਦੇ ਨਾਮ ਤੇ ਪਾਣੀ ਦਾ ਬਪਤਿਸਮਾ ਦਿਓ. And teaching them to obey everything I have commanded you. ਜੋ ਕੁਝ ਵੀ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ, ਲੋਕਾਂ ਨੂੰ ਸਿਖਾਓ ਮੇਰੇ ਨਾਮ ਤੇ. And surely I am with you always to the very end of the age. ਔਰ ਵੇਖੋ, ਮੈਂ ਜੁਗਾਂ ਦੇ ਅੰਤ ਤੀਕ ਤੁਹਾਡੇ ਨਾਲ ਹਾਂ. God wants us to be a mobilized people. ਪ੍ਰਭੂ ਯਿਸੂ ਦੀ ਚਾਹਤ ਹੈ ਕਿ ਮੇਰਾ ਚਰਚ, ਮੇਰੀ ਕਲੀਸਿਆ ਇਹੋ ਜਿਹੀ ਕਲੀਸਿਆ ਹੈ ਜਿਹੜੀ ਮੋਬਿਲਾਈਜ਼ ਹੈ, ਅੱਗੇ ਵਧਦੀ ਹੈ ਮੇਰੇ ਵਚਨ ਨੂੰ ਲੈ ਕੇ. People on the move and a church on the move. ਉਹ ਚਰਚ, ਉਹ ਕਲੀਸਿਆ, ਉਹ ਲੋਕ ਖੁਦਾ ਦੇ ਜਿਹੜੇ ਇੱਕ ਜਗ੍ਹਾ ਤੇ ਨਹੀਂ ਬੈਂਦੇ ਲੇਕਿਨ ਮਸੀਹ 'ਚ ਅੱਗੇ ਵਧਦੇ ਨੇ. I have a Bible study prepared for you in your bulletins today. ਔਰ ਤੁਹਾਡੇ ਬੁਲੇਟਿਨ ਦੇ ਵਿੱਚ ਬਾਈਬਲ ਦੀ ਜਿਹੜੀ ਸਟੱਡੀ ਹੈ ਲਿਖੀ ਗਈ ਹੈ. And that will be a kind of a message for you to go through throughout the year. ਔਰ ਇਹ ਜਿਹੜਾ ਮੈਸੇਜ ਹੈ ਤੁਹਾਡੇ ਲਈ ਸਾਰਾ ਸਾਲ ਇਹਦੇ ਵਿੱਚ ਦੀ ਜਾ ਸਕਦੇ. Under the leadership of Joshua we see the people of God are moving forward. ਔਰ ਜੋਸ਼ੂਆ ਦੀ ਕਿਤਾਬ ਜੋ ਅਸੀਂ ਪੜ੍ਹਦੇ ਹਾਂ, ਲਿਖਿਆ ਹੈ ਕਿ ਖੁਦਾ ਦੇ ਲੋਕ ਇੱਕ ਜਗ੍ਹਾ ਨੂੰ ਛੱਡ ਕੇ ਵਾਅਦੇ ਵਾਲੀ ਧਰਤੀ 'ਚ ਦਾਖਲ ਹੋ ਰਹੇ ਨੇ. And if you are not going to be mobilized, I put a statement there, you will be fossilized. ਔਰ ਅਗਰ ਤੁਸੀਂ ਅੱਗੇ ਨਹੀਂ ਵਧੋਗੇ, ਤੁਸੀਂ ਪਿੱਛੇ ਰਹਿ ਜਾਓਗੇ. If you are not moving forward, you are becoming stagnant and as if you are dead and immobile. ਕਹਿੰਦਾ ਮਤਲਬ, ਅਗਰ ਤੁਸੀਂ ਮੁਰਦੇ ਹੋ, ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਹਿਲਣਾ ਨਹੀਂ ਚਾਹੁੰਦੇ, ਤਾਂ ਤੁਸੀਂ ਪਿੱਛੇ ਰਹਿ ਜਾਓਗੇ. ਜਿਹੜੇ ਖੁਦਾ ਦੇ ਲੋਕ ਨੇ ਉਹ ਅੱਗੇ ਵਧ ਜਾਣਗੇ. So that's the message I want us to receive this year. ਔਰ ਇਸ ਸਾਲ ਵਿੱਚ ਤੁਸੀਂ ਇਹੋ ਜਿਹਾ ਵਚਨ ਜਾਂ ਪੈਗਾਮ ਸੁਣੋ. Let me just spend the next few minutes explaining few things. ਔਰ ਅਗਲੇ ਪਲਾਂ ਵਿੱਚ ਮੈਂ ਕੁਝ ਤੁਹਾਨੂੰ ਵਿਆਖਿਆ ਕਰਦਾ, ਸਮਝਾਉਣਾ ਕੁਝ ਗੱਲਾਂ. God whom we serve is a God on the move all the time. ਉਹ ਪਰਮੇਸ਼ਰ, ਉਹ ਖੁਦਾ ਜਿਹਦੇ ਅਸੀਂ ਲੋਕ ਹਾਂ, ਜਿਹਦੀ ਖਿਦਮਤ ਸੇਵਾ ਕਰਦੇ ਹਾਂ, ਉਹ ਖੁਦਾ ਹੈ ਜੋ ਇੱਕ ਜਗ੍ਹਾ ਤੇ ਨਹੀਂ ਪਰ ਉਹ ਅੱਗੇ ਵਧਣ ਵਾਲਾ ਪਰਮੇਸ਼ਰ ਹੈ. This God is not a dead God. He is not a stagnant God. He is not a God in the boxes locked in. ਸਾਡਾ ਪਰਮੇਸ਼ਰ, ਸਾਡਾ ਪ੍ਰਭੂ ਮੁਰਦਾ ਨਹੀਂ ਹੈ, ਕਿਸੇ ਡੱਬੇ ਵਿੱਚ ਜਾਂ ਕਿਸੇ ਬਕਸੇ ਵਿੱਚ ਬੰਦ ਨਹੀਂ, ਕਿਸੇ ਜਗ੍ਹਾ ਤੇ ਖੜਾ ਨਹੀਂ ਹੈ. The God whom we serve is a God always on the move. ਜਿਸ ਪਰਮੇਸ਼ਰ ਦੇ ਖੁਦਾ ਦੇ ਅਸੀਂ ਲੋਕ ਹਾਂ, ਉਹ ਹਮੇਸ਼ਾ ਅੱਗੇ ਵਧਣ ਵਾਲਾ ਪਰਮੇਸ਼ਰ ਹੈ. The Bible begins with a man in a garden. ਔਰ ਬਾਈਬਲ ਦੀ ਸ਼ੁਰੂਆਤ ਇੱਕ ਆਦਮੀ ਤੋਂ ਸ਼ੁਰੂ ਹੁੰਦੀ ਹੈ, ਜੋ ਇੱਕ ਬਾਗ ਵਿੱਚ ਜਿਸ ਨੂੰ ਬਣਾਇਆ ਗਿਆ. And who can tell me where is man in the book of Revelation? ਔਰ ਇਸ ਆਦਮੀ ਦੀ ਗੱਲ ਦੱਸੋ, ਬਾਈਬਲ ਦੀ ਅਖੀਰਲੀ ਕਿਤਾਬ ਰੈਵਲੇਸ਼ਨ ਪ੍ਰਕਾਸ਼ਿਤ ਹੈ, ਕਿੱਥੇ ਹੈ ਉਹ ਬੰਦਾ? Any answers from anybody here? ਕੋਈ ਦੱਸੋ, ਜਿਹੜਾ ਅਦਨ ਦੇ ਬਾਗ ਵਿੱਚ ਆਦਮੀ ਸੀ ਉਹ ਕਿੱਥੇ ਹੈ? Holy city. You were in the first service, weren't you? ਕਹਿੰਦੇ ਜੀ ਪਵਿੱਤਰ ਸ਼ਹਿਰ ਵਿੱਚ ਸੀ. All right, yeah, brother Godfrey knows that man is having a great move from he started in the garden but he ends up in a city. ਔਰ ਉਹ ਅਦਨ ਦੇ ਬਾਗ ਜੋ ਆਦਮ ਨੂੰ ਪੈਦਾ ਕੀਤਾ, ਉਹ ਉਸ ਨਵੇਂ ਸ਼ਹਿਰ ਵਿੱਚ ਜਿਸ ਨੂੰ ਜਰੂਸ਼ਲਮ ਆਖਾਂਗੇ ਉੱਥੇ ਦਾਖਲ ਹੋ ਜਾਂਦਾ. But you look at the Bible, it begins with a move of God. ਔਰ ਬਾਈਬਲ ਦੀ ਸ਼ੁਰੂਆਤ ਦੇਖੋ, ਆਦ ਦੇਖੋ, ਸ਼ੁਰੂਆਤ ਦੇਖੋ ਕਿ ਇੱਕ ਮੂਵ ਦੇ ਨਾਲ ਚੱਲਣ ਨਾਲ ਸ਼ੁਰੂ ਹੁੰਦੀ ਹੈ. Genesis chapter 1 verses 1 and 2. ਉਤਪਤੀ ਕਿਤਾਬ ਪਹਿਲਾ ਚੈਪਟਰ ਦੀ ਪਹਿਲੀ ਵਰਸ. In the beginning God created the heavens and the earth. ਆਦ ਵਿੱਚ ਪਰਮੇਸ਼ਰ ਨੇ ਸਵਰਗ ਔਰ ਧਰਤੀ ਨੂੰ ਬਣਾਇਆ. And the earth became void. ਔਰ ਜ਼ਮੀਨ ਬਿਲਕੁਲ ਖਾਲੀ ਸੀ. And it became empty. ਔਰ ਬਿਲਕੁਲ ਖਾਲੀ ਸੀ. It became dark. ਔਰ ਹਨੇਰਾ ਜਿਹੜਾ ਸੀ, ਅੰਧਕਾਰ ਛਾਇਆ ਹੋਇਆ ਸੀ. And the next statement says in Genesis 1:2. ਔਰ ਉਤਪਤੀ ਕਿਤਾਬ ਪਹਿਲਾ ਚੈਪਟਰ ਦੂਸਰੀ ਵਰਸ ਦੇਖੋ ਕੀ ਲਿਖਿਆ. That the spirit of God was hovering over the earth. ਪਰਮੇਸ਼ਰ ਦਾ ਆਤਮਾ ਪਾਣੀਆਂ ਉੱਪਰ ਚੱਲਦਾ ਸੀ. In some translations of the Bible. ਔਰ ਬਾਈਬਲ ਦੇ ਕਈ ਤਰਜਮਾਨ ਵਿੱਚ ਇਸ ਤਰ੍ਹਾਂ ਲਿਖਿਆ ਹੈ. It says the spirit of God was moving on the top of the waters. ਕਿ ਖੁਦਾ ਦਾ ਰੂਹ ਪਾਣੀਆਂ ਦੇ ਉੱਪਰ ਘੁੰਮਦਾ ਫਿਰਦਾ ਸੀ. So God himself, Father, Son and the Holy Spirit was always on the move. ਔਰ ਵੇਖੋ ਬਾਈਬਲ ਦੱਸਦੀ ਹੈ ਕਿ
ਬਾਪ ਬੇਟਾ ਰੂਹ ਪਾਕ ਇੱਕ ਜਗ੍ਹਾ ਤੇ ਨਹੀਂ ਬੈਠੇ ਇੱਕ ਜਗ੍ਹਾ ਤੇ ਨਹੀਂ ਚੱਲਦੇ ਨੇ ਅੱਗੇ ਵੱਧ ਐਂਡ एवरीवन ਹੂ ਕਮਸ ਇਨ ਐਸ ਚਿਲਡਰਨ ਆਫ ਗੋਡ ਦੇ ਮਸਟ ਬੀ ਔਨ ਦ ਮੂਵ ਐਸ ਵੈਲ ਅਗਰ ਕੋਈ ਖੁਦਾ ਦਾ ਬੇਟਾ ਬੇਟੀ ਯਿਸੂ ਦੇ ਲੋਕ ਬਣਨਾ ਚਾਹੁੰਦੇ ਹੋ ਤੁਸੀਂ ਵੀ ਇੱਕ ਜਗ੍ਹਾ ਤੇ ਨਹੀਂ ਬੈਠੇ ਰਹਿ ਸਕਦੇ ਮਸੀਹ ਵਿੱਚ ਅੱਗੇ ਚੱਲੋਗੇ ਲੈਟਸ ਗੋ ਬੈਕ ਟੂ ਦ ਬਿਗਿਨਿੰਗ ਆਫ ਮੈਨਕਾਈਂਡ ਔਰ ਇਨਸਾਨ ਦੀ ਸ਼ੁਰੂਆਤ ਵੱਲ ਦੇਖੋ ਜਰਾ ਜੈਨੇਸਿਸ 1 ਵਰਸ 28 ਉਤਪਤੀ ਕਿਤਾਬ ਪਹਿਲਾ ਚੈਪਟਰ 28 ਵਰਸ ਦੇਖੋ ਕੀ ਲਿਖਿਆ ਗੋਡ ਗੇਵ ਦ ਫਰਸਟ ਹਿਊਮਨ ਬੀਇੰਗਸ ਐਡਮ ਐਂਡ ਈਵ ਅ ਮਿਸ਼ਨ ਵਿਦ ਅ ਮੂਵ ਪਰਮੇਸ਼ਰ ਨੇ ਪਹਿਲੇ ਇਨਸਾਨ ਆਦਮ ਤੇ ਹਵਾ ਨੂੰ ਇੱਕ ਮਿਸ਼ਨ ਦਿੱਤਾ ਵੇ ਅੱਗੇ ਵਧੋ ਵਾਟ ਡਿਡ ਹੀ ਟੈਲ ਐਡਮ ਐਂਡ ਈਵ ਔਰ ਪ੍ਰਭੂ ਨੇ ਆਦਮ ਤੇ ਹਵਾ ਨੂੰ ਕੀ ਹੁਕਮ ਦਿੱਤਾ ਹੀ ਸੈਡ ਗੋਡ ਬਲੇਸ them and God said unto them be fruitful and multiply ਪਰਮੇਸ਼ਰ ਨੇ ਉਹਨਾਂ ਨੂੰ ਆਸ਼ੀਸ਼ ਔਰ ਬਰਕਤ ਦਿੱਤੀ ਜਾਓ ਫਲਦਾਇਕ ਹੋਵੋ ਵਧੋ ਫੁਲੋ ਐਂਡ ਰੀਪਲੇਨਿਸ਼ ਦੀ ਅਰਥ ਔਰ ਜ਼ਮੀਨ ਨੂੰ ਆਪਣੀ ਔਲਾਦ ਨਾਲ ਭਰ ਦਿਓ ਐਂਡ ਸਬਡਿਊ ਇਟ ਔਰ ਇਹਦੇ ਤੇ ਕਬਜ਼ਾ ਕਰੋ ਐਂਡ ਹੈਵ ਡੋਮਿਨੀਅਨ ਓਵਰ ਦ ਫਿਸ਼ ਆਫ ਦ ਸੀ ਐਂਡ ਓਵਰ ਦ ਫਾਉਲ ਆਫ ਦ ਏਅਰ ਸਮੁੰਦਰ ਦੀਆਂ ਮੱਛੀਆਂ ਔਰ ਜੀਵ ਜੰਤੂਆਂ ਉੱਪਰ ਤੁਹਾਡਾ ਹੱਕ ਅਧਿਕਾਰ ਹੋ ਜਾਏ ਐਂਡ ਓਨ ਐਵਰੀ ਲਿਵਿੰਗ ਥਿੰਗ ਦੈਟ ਮੂਵਸ ਅਪੋਨ ਦ ਫੇਸ ਆਫ ਦ ਅਰਥ ਹਰ ਇੱਕ ਜ਼ਿੰਦਾ ਜੀਵ ਜੋ ਧਰਤੀ ਤੇ ਚੱਲਦੀ ਫਿਰਦੀ ਉਹਦੇ ਤੇ ਤੁਹਾਡਾ ਪੂਰਾ ਹੱਕ ਅਧਿਕਾਰ ਹੋਵੇ ਕੈਨ ਯੂ ਸੀ ਈਵਨ ਐਟ ਦ ਕ੍ਰੀਏਸ਼ਨ ਆਫ ਮੈਨ ਅ ਮਿਸ਼ਨ ਟੂ ਮੂਵ ਇਜ਼ ਗਿਵਨ ਜਰਾ ਵੇਖੋ ਬਾਈਬਲ ਦੇ ਆਦ ਵਿੱਚ ਦੁਨੀਆ ਦੇ ਆਦਿ ਵਿੱਚ ਪਰਮੇਸ਼ਰ ਨੇ ਇੱਕ ਮਿਸ਼ਨ ਦਿੱਤਾ ਜੋ ਅੱਗੇ ਵਧਣ ਦਾ ਹੈ ਬੀ ਫਰੂਟਫੁਲ ਮਲਟੀਪਲਾਈ ਐਂਡ ਫਿਲ ਦੀ ਅਰਥ ਫਲਦਾਇਕ ਹੋਵੋ ਵਧੋ ਔਰ ਜ਼ਮੀਨ ਨੂੰ ਭਰ ਦੇਵੋ ਇਨ ਆਰਡਰ ਟੂ ਫਿਲ ਦੀ ਅਰਥ ਯੂ ਕੈਨੋਟ ਜਸਟ ਸਟੈਂਡ ਸਟਿਲ ਅਗਰ ਤੁਸੀਂ ਜ਼ਮੀਨ ਨੂੰ ਭਰਨਾ ਹੈ ਤੇ ਕਬਜ਼ਾ ਕਰਨਾ ਹੈ ਖੜੇ ਹੋ ਕੇ ਨਹੀਂ ਕਰ ਸਕੋਗੇ ਨਾ ਐਂਡ ਸਮ ਪੀਪਲ ਆਰ ਲਾਈਕ ਦੈਟ ਕਈ ਕ੍ਰਿਸਚੀਅਨ ਲੋਕ ਮਸੀਹ ਲੋਕ ਇਹੋ ਜਿਹੇ ਨੇ ਗੋਡ ਇਫ ਯੂ ਵਾਂਟ ਟੂ ਮੂਵ ਯੂ ਮੇਕ ਦ ਫਰਸਟ ਮੂਵ ਆਈ ਵਿਲ ਸਟੇ ਹੇਅਰ ਪ੍ਰਭੂ ਜੀ ਜੇ ਮੈਨੂੰ ਅੱਗੇ ਵਧਾਉਣਾ ਪਹਿਲਾਂ ਤੂੰ ਚੱਲ ਕੇ ਵਿਖਾ ਬਟ ਗੋਡ ਇਜ਼ ਅ ਗੋਡ ਆਫ ਕੰਡੀਸ਼ਨ ਸਮਟਾਈਮਸ ਲੇਕਿਨ ਸਾਡਾ ਖੁਦਾ ਆਪਣੀ ਸ਼ਰਤ ਵੀ ਰੱਖਦਾ ਹੈ ਇਫ ਮਾਈ ਪੀਪਲ ਵਿਚ ਆਰ ਕਾਲਡ ਬਾਈ ਮਾਈ ਨੇਮ ਲਿਖਿਆ ਬਾਬ ਅਗਰ ਮੇਰੇ ਲੋਕ ਜੇ ਮੇਰੇ ਨਾਮ ਤੋਂ ਸਦਾਏ ਜਾਂਦੇ ਨੇ ਪੁਕਾਰੇ ਜਾਂਦੇ ਨੇ ਸ਼ਾਲ ਹੰਬਲ ਥਮਸੈਲਵਸ ਐਂਡ ਪ੍ਰੇ ਐਂਡ ਸੀਕ ਮਾਈ ਫੇਸ ਆਪਣੇ ਆਪ ਨੂੰ ਹਲੀਮ ਕਰਨ ਨੀਵੇਂ ਕਰਨ ਮੇਰਾ ਮੇਰੇ ਚਿਹਰੇ ਨੂੰ ਢੂੰਡਣ ਮੇਰੇ ਅੱਗੇ ਦੁਆ ਕਰਨ ਐਂਡ ਟਰਨ ਫਰਮ ਥੇਅਰ ਵਿਕਡਨੈਸ ਔਰ ਆਪਣੀਆਂ ਬਦੀਆਂ ਤੋਂ ਬੁਰਾਈਆਂ ਤੋਂ ਪਾਪਾਂ ਤੋਂ ਤੌਬਾ ਕਰਨ ਮੇਰੇ ਵੱਲ ਮੁੜਨ ਆਈ ਵਿਲ ਹੀਅਰ ਫਰਮ ਹੈਵਨ ਫਿਰ ਪ੍ਰਭੂ ਆਖਦਾ ਤਦ ਮੈਂ ਅਸਮਾਨ ਵਿੱਚੋਂ ਸਵਰਗ ਵਿੱਚੋਂ ਉਹਨਾਂ ਦੀ ਦੁਆ ਸੁਣਾਂਗਾ ਐਂਡ ਆਈ ਵਿਲ ਫੋਰਗਿਵ ਥੇਅਰ ਸਿਨ ਐਂਡ ਆਈ ਵਿਲ ਹੀਲ ਥੇਅਰ ਲੈਂਡ ਮੈਂ ਉਹਨਾਂ ਦੇ ਪਾਪਾਂ ਨੂੰ ਮਾਫ ਕਰਾਂਗਾ ਉਹਨਾਂ ਦੀ ਧਰਤੀ ਨੂੰ ਉਹਨਾਂ ਦੀ ਸਿਹਤ ਨੂੰ ਤੰਦਰੁਸਤੀ ਦੇਵਾਂਗਾ ਗੋਡ ਇਜ਼ ਅ ਗੋਡ ਆਫ ਮੂਵਮੈਂਟ ਐਂਡ ਹੀ ਇਜ਼ ਅ ਗੋਡ ਆਫ ਮਿਸ਼ਨ ਐਸ ਵੈਲ ਸਾਡਾ ਪਰਮੇਸ਼ਰ ਅੱਗੇ ਵਧਣ ਵਾਲਾ ਪਰਮੇਸ਼ਰ ਹੈ ਇੱਕ ਮਿਸ਼ਨ ਵਾਲਾ ਪਰਮੇਸ਼ਰ ਹੈ ਸੋ ਫਰਸਟ ਗੋਡ ਸਟਾਰਟਡ ਮੂਵਿੰਗ ਵਿਦ ਅ ਫੈਮਿਲੀ ਵਿਦ ਅ ਕਪਲ ਆਦਮ ਐਂਡ ਈਵ ਪਹਿਲੀ ਗੱਲ ਸਾਨੂੰ ਬਾਈਬਲ ਸਿਖਾਉਂਦੀ ਹੈ ਕਿ ਪਹਿਲਾ ਇਨਸਾਨ ਆਦਮ ਔਰ ਦੀ ਵਾਈਫ ਹਵਾ ਨੂੰ ਪਰਮੇਸ਼ਰ ਨੇ ਮਿਸ਼ਨ ਦਿੱਤਾ ਮੂਵ ਬਾਈ ਦ ਟਾਈਮ ਵੀ ਕਮ ਟੂ ਜੈਨੇਸਿਸ ਚੈਪਟਰ 12 ਵਰਸ ਨੰਬਰ 1 ਔਰ ਜਦੋਂ ਤੱਕ ਅਸੀਂ ਬਾਈਬਲ ਦੀ ਪਹਿਲੀ ਕਿਤਾਬ ਉਹਦਾ 12 ਚੈਪਟਰ ਦੀ ਪਹਿਲੀ ਆਇਤ ਨੂੰ ਪੜ੍ਹਦੇ ਹਾਂ ਯੂ ਸੀ ਦੇਰ ਇਜ਼ ਅ ਬਿਗ ਮੂਵ ਨਾਊ ਦੇਰ ਹੁਣ ਇੱਕ ਬਹੁਤ ਵੱਡਾ ਮੂਵ ਹੈ ਅੱਗੇ ਵਧਣਾ ਹੈ ਇਟ ਇਜ਼ ਫਾਦਰ ਅਬਰਾਹਮ ਵੀ ਕਾਲ ਹਿਮ ਹੁਣ ਉੱਥੇ ਇੱਕ ਖੁਦਾ ਦਾ ਨਵਾਂ ਬੰਦਾ ਨਬੀ ਆਇਆ ਅਬਰਾਹਮ ਹੀ ਵਾਸ ਲਿਵਿੰਗ ਇਨ ਦ ਪੇਗਨ ਲੈਂਡ ਆਫ ਦ ਕੈਲਡੀਸ ਇਨ ਦ ਅਰ ਔਰ ਬਾਈਬਲ ਦੱਸਦਾ ਉਰ ਦੇ ਸ਼ਹਿਰ ਵਿੱਚ ਆਪਣੇ ਬਜ਼ੁਰਗਾਂ ਨਾਲ ਰਹਿੰਦਾ ਸੀ ਦ ਲਿਵਿੰਗ ਗੋਡ ਅਪੀਅਰਡ ਟੂ ਹਿਮ ਐਂਡ ਸੈਡ ਲੀਵ ਯੋਰ ਕੰਟਰੀ ਯੋਰ ਕਿੰਡਰਡ ਐਂਡ ਯੋਰ ਪੀਪਲ ਔਰ ਬਾਈਬਲ ਲਿਖਿਆ ਕਿ ਜਿਉਂਦਾ ਖੁਦਾ ਜਿਉਂਦਾ ਪਰਮੇਸ਼ਰ ਉਹਨੂੰ ਦਰਸ਼ਨ ਦਿੱਤੇ ਉਹ ਜੇ ਕਿ ਆਪਣੇ ਰਿਸ਼ਤੇਦਾਰਾਂ ਨੂੰ ਭੈਣ ਭਰਾਵਾਂ ਨੂੰ ਛੱਡ ਕੇ ਬਾਹਰ ਆਣਾ ਐਂਡ ਗੋ ਟੂ ਦ ਪਲੇਸ ਆਈ ਵਿਲ ਸ਼ੋ ਯੂ ਹੇ ਅਬਰਾਹਮ ਤੂੰ ਉਸ ਧਰਤੀ ਵੱਲ ਜਾ ਜਿਹੜੀ ਮੈਂ ਤੈਨੂੰ ਦਵਾਂਗਾ ਵਾਅਦੇ ਨਾਲ ਆਈ ਥਿੰਕ ਦੈਟ ਇਜ਼ ਅ ਬਿਗ ਮੂਵ ਇੱਕ ਬਹੁਤ ਵੱਡਾ ਮੂਵ ਹੈ ਅੱਗੇ ਵਧਣ ਦੀ ਗੱਲ ਅਬਰਾਹਮ ਵਾਸ ਕੰਫਰਟੇਬਲੀ ਲਿਵਿੰਗ ਵਿਦ ਹਿਸ ਪੀਪਲ ਅਬਰਾਹਮ ਆਪਣੇ ਰਿਸ਼ਤੇਦਾਰਾਂ ਚ ਆਪਣੇ ਮਾਂ-ਬਾਪ ਭੈਣ ਭਰਾਵਾਂ ਨਾਲ ਆਰਾਮ ਨਾਲ ਰਹਿ ਰਿਹਾ ਹੋਵੇਗਾ ਬਟ ਹੇਅਰ ਆ ਗੋਡ ਹੂ ਹੈਜ਼ ਅ ਮਿਸ਼ਨ ਫਾਰ ਹਿਮ ਟੈਲਿੰਗ ਹਿਮ ਨਾਓ ਯੂ ਗੈਟ ਆਊਟ ਐਂਡ ਮੂਵ ਨਾਓ ਹੁਣ ਉਹ ਪ੍ਰਭੂ ਪਰਮੇਸ਼ਰ ਉਸ ਨੂੰ ਦਰਸ਼ਨ ਦੇ ਕੇ ਆਖਿਆ ਵੇਖ ਮੈਂ ਚਾਹੁੰਦਾ ਤੂੰ ਇਹਨਾਂ ਨੂੰ ਛੱਡ ਕੇ ਅੱਗੇ ਵਧ How many of you will move if your boss come and tell you? Agar toda boss kaam wala tanu kahe bhi aa chha kaam chhad ke aa karo. Leave the comfort of your job and comfort of your position. Apni job nu apne aaram nu chhado and go to a place and go and take over this position which I am going to give you. Toda boss aake bhi us jagah te jao jithe tanu navi position dena aa kaam karo. And many of you will say in the morning congregation I asked and some of them said yes we will go but majority didn't raise their hand. Aur bahut se logan ne subah di sarvach hath nahi khade kite. They said you know it's a risk taking now right at moment I have a good salary you know the work is nearby you know comfortable everything is going fine kehnda matlab log kai kuch sochde ne tankha achhi hai itthe ghar nede hai kaam kar nede hai kithe navi ja jagah te jaawange bada mushkil ho jayega don't shake my foundation I'm so settled here and I will be here tusi apne manager nu boss nu akhe ke nahi main aaram nal itthe rehna chahunda main navi jagah te I think Abraham was a bit like that ho sakda hai Abraham ne apne man vich socha jadon prabhu ne usnu darshan ditte he was so comfortable where he was before aur jis jagah te rishtedaran ch ghar vich si bade aaram na reh reha hoega but god brought a discomfort to him lekin parmeshwar ne usnu hilaya usnu bechain kar ditta he has never seen the glory and the light of a living god aur kadhi bhi abraham ne
ਨੇ ਪਰਮੇਸ਼ਰ ਦੇ ਪ੍ਰਤਾਪ ਨੂੰ ਰੋਸ਼ਨੀ ਨੂੰ ਜਲਾਲ ਨੂੰ ਦੀ ਮਹਿਮਾ ਨੂੰ ਦੇਖਿਆ ਐਂਡ ਦ ਲਾਈਟ ਅਪੀਅਰਡ ਟੂ ਦਿਸ ਪੇਗਨ ਮੈਨ ਅਬਰਾਮ ਔਰ ਇੱਕ ਗੈਰ ਕੌਮਾਂ ਦਾ ਬੰਦਾ ਸੀ ਉਸ ਅੱਗੇ ਇਹ ਰੋਸ਼ਨੀ ਪਰਮੇਸ਼ਰ ਦੀ ਚਮਕੀ ਬਟ ਹੀ ਹੈਡ ਨੋ ਚੋਇਸ ਬਟ ਟੂ ਲੀਵ ਹਿਸ ਪੀਪਲ ਐਂਡ ਹਿਸ ਕੰਟਰੀ ਪਰ ਅਬਰਾਹਮ ਕੋ ਕੋਈ ਵੀ ਚੋਇਸ ਨਹੀਂ ਸੀ ਉਸ ਨੇ ਪ੍ਰਭੂ ਦੀ ਗੱਲ ਨੂੰ ਮੰਨਿਆ ਆਪਣੇ ਰਿਸ਼ਤੇਦਾਰਾਂ ਨੂੰ ਘਰਾਂ ਨੂੰ ਛੱਡ ਦਿੱਤਾ ਮੂਵ ਟੂ ਦ ਪਲੇਸ ਵੇਅਰ ਗੋਡ ਆਲਮਾਈਟੀ ਵਾਸ ਗੋਇੰ ਟੂ ਸ਼ੋ ਹਿਮ ਉਸ ਜਗ੍ਹਾ ਵੱਲ ਤੁਰ ਪਿਆ ਜਿਸ ਜਗ੍ਹਾ ਦਾ ਪਰਮੇਸ਼ਰ ਨੇ ਉਸ ਨੂੰ ਹੁਕਮ ਦਿੱਤਾ ਜਾ ਸੋ ਯੂ ਸੀ ਅ ਕਪਲ ਸਟਾਰਟ ਮੂਵਿੰਗ ਪਹਿਲਾਂ ਆਦਮ ਤੇ ਹਵਾ ਪਹਿਲਾ ਜੋੜਾ ਅੱਗੇ ਵਧਿਆ ਨਾਓ ਵੀ ਸੀ ਅ ਫੈਮਿਲੀ ਸਟਾਰਟ ਮੂਵਿੰਗ ਔਰ ਇੱਕ ਨਵੀਂ ਫੈਮਿਲੀ ਅਬਰਾਹਮ ਆਪਣੇ ਪਰਿਵਾਰ ਨਾਲ ਅੱਗੇ ਵਧਿਆ ਬਾਈ ਦ ਟਾਈਮ ਯੂ ਕਮ ਟੂ ਐਕਸੋਡਸ ਚੈਪਟਰ 12 ਕੁਝ ਦੀ ਕਿਤਾਬ ਉਸ ਦਾ 12 ਚੈਪਟਰ ਪੜ੍ਹੀਏ ਬਾਈਬਲ ਚ ਐਂਡ ਵੀ ਸੀ ਅ ਨੇਸ਼ਨ ਇਜ਼ ਔਨ ਦ ਮੂਵ ਇੱਕ ਕੌਮ ਵੱਡੀ ਸਾਰੀ ਕੌਮ ਅੱਗੇ ਵਧ ਰਹੀ ਹੈ ਵਿਚ ਇਜ਼ ਦੈਟ ਨੇਸ਼ਨ ਕਿਹੜੀ ਕੌਮ ਹੈ ਅੱਗੇ ਵਧ ਰਹੀ ਦ ਨੇਸ਼ਨ ਆਫ ਇਸਰਾਇਲ ਇਸرائیਲੀ ਲੋਕ Now from Adam up to the nation of Israel so many centuries has gone now Adam to laake israeli qoum tak bahut sadiyan beet gayan san Now Israel could say well we are so settled here we don't want to move anywhere Israel akhange he sade parmeshwar baap dadyan de khuda assi theek ha itthe settled agge nahi jana But in order to fulfill God's purposes lekin prabhu de kamman nu rab di marzi nu pura karan layi we have to be on the move all the time sanu chahida se apne jeevan ch apni zindagi ch odi raja nu pura karan layi agge vadhiye Israel began to move from there so bible das di israel vi agge vadhya they had to cross the red sea unna nu lal samundar vichon langna pya they had to move through the desert aur ujaad dharti vichon langna pya oh most of the elderly folks all of them except joshua and caleb died in the desert sare buzurg us ujaad dharti ch mar gaye sirf joshua caleb do hi reh gaye but the children and grandchildren with joshua and caleb they crossed over jordan par unna de bachiyan de bacche dotre potre joshua aur caleb naal jordan nadi nu paar karke And they were able to come and occupy the land God has promised to them. aur us zameen te aa gaye jehdi khuda ne prabhu ne unna naal vaada kita si. Let me tell you are a nation, you are a holy nation of God. tusi vi yesu masih de pavitra qaum ho, pavitra lok ho ajj. First Peter chapter 2 verse number 9 and 10 tells us. pehla patan kitab dusra chapter 9 aur 10 verse vich is tarah likhya hai. you are a chosen generation. tusi chuni hoi qaum ho, chune hoye log ho. a royal priesthood. aur mahajajak ho. a holy nation. pavitra qaum ho. to declare the praises of him who called you out of darkness. jisne tahanu andhere chon bulaya hai us ਮਹਿਮਾ ਦੇ ਗੁਣ ਗਾਉਣ ਲਈ ਐਂਡ ਇਫ ਗੋਡ ਹਸ ਗਿਵਨ ਯੂ ਦੈਟ ਮੈਂਡੇਟ ਔਰ ਅਗਰ ਪਰਮੇਸ਼ਰ ਨੇ ਇਹ ਤੁਹਾਡੇ ਨਾਲ ਵਾਦਾ ਕੀਤਾ ਹੈ ਹਾਊ ਕੈਨ ਵੀ ਬੀ ਸੋ ਕੰਫਰਟੇਬਲ ਇਨ ਦ ਚਰਚ ਅਸੀਂ ਕਿਦਾਂ ਚਰਚ ਵਿੱਚ ਚੁੱਪ ਚਪੀਤੇ ਆਣ ਕੇ ਬੈਠੇ ਤੇ ਘਰ ਨੂੰ ਚਲੇ ਗਏ ਲਾਈਕ ਵਾਟ ਬ੍ਰਦਰ ਆਲਬਰਟ ਸੈਡ ਟੁਡੇ ਪਾਈ ਆਲਬਰਟ ਨੇ ਇੱਕ ਗਵਾਹੀ ਦਿੱਤੀ ਹੈ ਆਈ ਬ੍ਰੋਟ ਮਾਈ ਬਿਲਡਰ ਟੂ ਦ ਚਰਚ ਟੁਡੇ ਉਹ ਕਹਿੰਦਾ ਕਿ ਮੈਂ ਆਪਣੇ ਬਿਲਡਰ ਜੀ ਨੂੰ ਚਰਚ ਵਿੱਚ ਲੈ ਕੇ ਆਇਆ ਲੈਟ देयर ਬੀ ਮੈਨੀ ਮੋਰ ਬਿਲਡਰਸ ਐਂਡ ਨਰਸਸ ਐਂਡ ਡਾਕਟਰਸ ਬੀ ਬ੍ਰੋਟ ਇਨਟੂ ਦ ਚਰਚ ਪ੍ਰਭੂ ਯਿਸੂ ਮਸੀਹ ਕੋਲ ਚਰਚ ਵਿੱਚ ਬਹੁਤ ਸਾਰੇ ਡਾਕਟਰਸ ਨਰਸਸ ਇੰਜੀਨੀਅਰ ਬਿਲਡਰਸ ਔਨ ਗੋਡ ਹਸ ਪੁਟ ਇਨ ਹਿਸ ਹਾਰਟ ਟੂ ਮੇਕ ਅ ਮੂਵ ਟੂ ਬ੍ਰਿੰਗ ਸਮਵਨ ਟੂ ਚਰਚ ਪ੍ਰਭੂ ਯਿਸੂ ਨੇ ਪਾਈ ਆਲਬਰਟ ਦੇ ਦਿਲ ਚ ਪਾਇਆ ਕਿ ਚਰਚ ਵਿੱਚ ਦੂਸਰੇ ਲੋਕਾਂ ਨੂੰ ਲੈ ਕੇ ਆਉਣਾ ਆਲਬਰਟ ਮੇ ਨਾਟ ਬੀ ਅ ਪ੍ਰੀਚਰ ਲਾਈਕ ਬ੍ਰਦਰ ਜਾਇ ਔਰ ਸਮਬਡੀ ਐਲਸ ਹੇਅਰ ਪਾਈ ਆਲਬਰਟ ਸਾਹਿਬ ਪਾਈ ਜੇ ਵਰਗਾ ਪ੍ਰੀਚਰ ਨਾ ਹੋਵੇ ਪ੍ਰਚਾਰਕ ਬਟ ਦੈਟਸ ਅ ਗਿਫਟ ਗੋਡ ਹਸ ਗਿਵਨ ਹਿਮ ਲੇਕਿਨ ਪ੍ਰਭੂ ਯਿਸੂ ਨੇ ਇੱਕ ਗਿਫਟ ਦਿੱਤਾ ਕਿ ਦੂਸਰਿਆਂ ਨੂੰ ਪ੍ਰਭੂ ਦੇ ਕੋਲ ਲੈ ਕੇ ਆਉਣਾ ਫਰਸਾਨ ਯੂ ਮੇ ਨਾਟ ਬੀ ਅ ਸਿੰਗਰ ਲਾਈਕ ਸਮਬਡੀ ਐਲਸ ਹੇਅਰ ਫਰਜ਼ਾਨ ਤੁਸੀਂ ਭਾਵੇਂ ਗੀਤਕਾਰ ਨਾ ਹੋਵੋਗੇ ਦੂਸਰੇ ਵਾਂਗਰ ਬਟ ਗੋਡਫ੍ਰੇ ਯੂ ਮੇ ਨਾਟ ਬੀ ਅ ਬਾਈਬਲ ਟੀਚਰ ਲਾਈਕ ਸਮਬਡੀ ਹੇਅਰ ਪਾਈ ਗੋਡਫ੍ਰੇ ਸਾਹਿਬ ਬਾਈਬਲ ਦੇ ਸਿੱਖਿਆ ਦੇ ਵਾਲੇ ਟੀਚਰ ਨਾ ਹੋ ਦੂਸਰੇ ਵਾਂਗਰ ਗੋਡ ਹਸ ਗਿਵਨ ਯੂ ਸਮਥਿੰਗ ਐਂਡ ਯੂ ਸ਼ੁਡ ਬੀ ਔਨ ਦ ਮੂਵ ਲੇਕਿਨ ਖੁਦਾ ਨੇ ਪ੍ਰਭੂ ਨੇ ਇਹਨਾਂ ਨੂੰ ਕੋਈ ਗਿਫਟਾਂ ਦਿੱਤੀਆਂ ਜਿਹੜੇ ਦੂਜਿਆਂ ਪਾਸ ਨਹੀਂ ਨੇ ਐਵਰੀਵਨ ਹੈਸ ਟੂ ਮੇਕ ਅ ਮੂਵ ਸਾਡੇ ਸਭਨਾਂ ਪਾਸ ਕੋਈ ਨਾ ਕੋਈ ਗਿਫਟ ਹੈ ਕਿ ਅਸੀਂ ਅੱਗੇ ਵਧੀਏ ਗੋਡ ਮੇਡ ਦ ਫਰਸਟ ਮੂਵ ਪਰਮੇਸ਼ਰ ਨੇ ਪਹਿਲਾ ਮੂਵ ਜਾਨੀ ਅੱਗੇ ਵਧਿਆ ਆਦਮ ਐਂਡ ਈਵ ਦੇ ਬੀਗਨ ਟੂ ਮੂਵ ਐਂਡ ਮਲਟੀਪਲਾਈ ਆਦਮ ਤੇ ਹਵਾ ਅੱਗੇ ਵਧੇ ਔਰ ਮਲਟੀਪਲਾਈ ਹੋ ਗਏ ਵਧ ਗਏ ਫਾਦਰ ਅਬਰਾਹਮ ਮੂਵਡ ਐਂਡ ਹੀ ਲੈਫਟ ਹਿਸ ਲੈਂਡ ਔਰ ਅਬਰਾਹਮ ਨੇ ਆਪਣੀ ਜ਼ਮੀਨ ਨੂੰ ਰਿਸ਼ਤੇਦਾਰਾਂ ਨੂੰ ਛੱਡ ਕੇ ਅੱਗੇ ਵਧਿਆ ਨੇਸ਼ਨ ਆਫ ਇਸਰਾਇਲ ਲੈਫਟ ਈਜੀਪਟ ਐਂਡ ਦੇ ਕੇਮ ਟੂ ਦ ਕੈਨਾਨ ਇਸرائیਲੀ ਕੌਮ ਮਿਸ਼ਰ ਦੇਸ਼ ਨੂੰ ਛੱਡ ਕੇ ਵਾਦੇ ਵਾਲੀ ਧਰਤੀ ਤੱਕ ਪਹੁੰਚ ਗਈ ਔਰ ਵਨ ਵੀ ਕਮ ਟੂ ਦ ਨਿਊ ਟੈਸਟਮੈਂਟ ਆਸ ਆਮ ਜਸਟ ਫਾਸਟ ਫਾਰਵਰਡਿੰਗ ਨਾਓ ਔਰ ਮੈਂ ਜਲਦੀ ਨਾਲ ਤੁਹਾਨੂੰ ਨਵੇਂ ਨੇਮ ਚ ਨਿਊ ਟੈਸਟਮੈਂਟ ਦੀਆਂ ਕਿਤਾਬਾਂ ਚ ਲੈ ਆਵਾਂ ਯੂ ਸੀ ਦ ਬਿਗੇਸਟ ਐਂਡ ਦ ਗ੍ਰੇਟੈਸਟ ਐਵਰ ਮੂਵ ਔਰ ਸਭ ਤੋਂ ਵੱਡਾ ਮਹਾਨ ਅੱਛਾ ਮੂਵ ਹੈ ਜਾ ਅੱਗੇ ਵਧਣਾ ਨਵੇਂ ਨੇਮ ਦੀਆਂ ਕਿਤਾਬਾਂ ਨਿਊ ਟੈਸਟਮੈਂਟ ਜੋਨਸ ਗੋਸਪਲ ਚੈਪਟਰ 1 ਟੈਲਸ ਅਸ ਅਬਾਊਟ ਦੈਟ ਜੋਨਾ ਦੀ ਕਿਤਾਬ ਪਹਿਲੇ ਚੈਪਟਰ ਚ ਵੇਖੋ ਕੀ ਲਿਖਿਆ ਹੈ ਚੈਪਟਰ 1 ਵਰਸ ਨੰਬਰ 14 ਪਹਿਲਾ ਚੈਪਟਰ ਦੀ 14 ਵਰਸ ਇਸ ਇਜ਼ ਗੋਡ ਬਿਕੇਮ ਫਲੈਸ਼ ਕਿ ਵਚਨ ਜਿਹੜਾ ਸੀ ਪ੍ਰਭੂ ਦੇਹ ਧਾਰੀ ਹੋਇਆ ਜਿਸ ਵਿੱਚ ਆ ਗਿਆ ਡਵੈਲਟ ਅਮੰਗ ਅਸ ਔਰ ਕਲਾਮ ਜਾਂ ਸ਼ਬਦ ਦੇਹ ਧਾਰੀ ਹੋ ਕੇ ਸਾਡੇ ਵਿੱਚ ਵਸਿਆ ਮਾਈ ਫਰੈਂਡਸ ਦੈਟ ਇਜ਼ ਦ ਬਿਗੇਸਟ ਐਂਡ ਦ ਲੌਂਗੈਸਟ ਐਵਰ ਮੂਵ ਐਨੀਬਾਡੀ ਕੈਨ ਮੇਕ ਮੇਰੇ ਦੋਸਤੋ ਭੈਣੋ ਭਰਾਵੋ ਸਭ ਤੋਂ ਵੱਡਾ ਪਰਮੇਸ਼ਰ ਦਾ ਖੁਦਾ ਦਾ ਮੂਵ ਸੀ ਉਹ ਬੇਟਾ ਬਣ ਕੇ ਸ਼ਬਦ ਬਣ ਕੇ ਕਲਾਮ ਬਣ ਕੇ ਸਾਡੇ ਸਾਹਮਣੇ ਆਇਆ ਜੀਸਸ ਹਿਮਸੈਲਫ ਬੀਇੰਗ ਗੋਡ ਇਕੁਅਲੀ ਵਿਦ ਫਾਦਰ ਐਂਡ ਦ ਹੋਲੀ ਸਪਿਰਿਟ ਯਿਸੂ ਮਸੀਹ ਆਪਣੇ ਬਾਪ ਦੇ ਰੂਹ ਦੇ ਸਮਾਨ ਹੋ ਕੇ ਇਨਸਾਨ ਬਣ ਕੇ ਸਾਡੇ ਕੋਲ ਆ ਗਿਆ ਵੱਡਾ ਮੂਵ ਹੀ ਲੈਫਟ ਦੈਟ ਗਲੋਰੀ ਐਂਡ ਦ ਜੋਇਫੁਲ ਵਰਸ਼ਿਪ ਦੇ
ਆਪਣੀ ਮਹਿਮਾ ਆਪਣਾ ਪ੍ਰਤਾਪ ਆਰਾਧਨਾ ਛੱਡ ਕੇ ਜ਼ਮੀਨ ਤੇ ਆ ਗਿਆ ਐਂਡ ਹੀ ਕੇਮ ਡਾਊਨ ਟੂ ਦਿਸ ਅਰਥ ਸਰਚਿੰਗ ਫਾਰ ਯੂ ਐਂਡ ਫਾਰ ਮੀ ਯਿਸੂ ਮਸੀਹ ਜ਼ਮੀਨ ਤੇ ਆ ਕੇ ਤੁਹਾਨੂੰ ਔਰ ਸਾਨੂੰ ਲੱਭਣ ਲੱਗ ਪਿਆ ਢੂੰਡਣ ਲੱਗ ਪਿਆ ਫਸਟ ਟਿਮੋਥੀ 3:16 ਪਹਿਲਾ ਤਿਮੋਥੀ ਦੀ ਕਿਤਾਬ ਤੀਸਰਾ ਚੈਪਟਰ 16 ਵਰਸ ਦ ਮਿਸਟਰੀ ਆਫ ਗੋਡਲੀਨੈਸ ਇਜ਼ ਲਾਈਕ ਦਿਸ ਲਿਖਿਆ ਕਿ ਪ੍ਰਭੂ ਦਾ ਵੱਡਾ ਭੇਦ ਪਰਮੇਸ਼ਰ ਦੀਆਂ ਗੁਪਤ ਗੱਲਾਂ ਗੋਡ ਬੀਕੇਮ ਫਲੈਸ਼ ਕਿ ਪ੍ਰਭੂ ਇਨਸਾਨ ਬਣ ਗਿਆ ਜਿਸਮ ਬਣ ਗਿਆ ਗੋਡ ਵਾਸ ਮੈਨੀਫੈਸਟਡ ਅਮੰਗ ਅਸ ਸਾਡੇ ਵਿੱਚ ਜ਼ਾਹਰ ਹੋਇਆ ਅਸੀਂ ਉਸ ਨੂੰ ਸਰੀਰ ਵਿੱਚ ਦੇਖ ਲਿਆ ਗੋਡ ਲੈਂਡਡ ਔਨ ਅਰਥ ਕਿ ਪ੍ਰਭੂ ਜ਼ਮੀਨ ਤੇ ਆਪਣੇ ਪੈਰ ਲਗਾਏ ਦੈਟਸ ਅ ਗ੍ਰੇਟੈਸਟ ਮੂਵ ਯੂ ਕੈਨ ਐਵਰ ਥਿੰਕ ਆਫ ਸਭ ਤੋਂ ਵੱਡਾ ਮੂਵ ਜਾਂ ਵਧਣਾ ਇਨਸਾਨ ਲਈ ਕੀ ਹੋ ਸਕਦਾ ਹੈ ਕਿ ਰੱਬ ਜ਼ਮੀਨ ਤੇ ਆ ਗਿਆ ਜੀਸਸ ਵਾਸ ਮੋਬਿਲਾਈਜ਼ਡ ਯਿਸੂ ਮਸੀਹ ਮੋਬਿਲਾਈਜ਼ਡ ਹੋ ਗਿਆ ਮੀਨਸ ਅੱਗੇ ਵਧ ਗਿਆ ਇਨ ਸਾਮ 40 ਵੀ ਰੀਡ ਅ ਪ੍ਰੋਫੈਟਿਕਲ ਵਰਡਸ ਜ਼ਬੂਰ 40 ਚ ਇੱਕ ਨਬੂਵਤ ਹੈ ਅਸੀਂ ਪੜ੍ਹਦੇ ਹਾਂ ਬਾਈਬਲ ਚੋਂ ਦੋ ਡੇਵਿਡ ਇਜ਼ ਰਾਈਟਿੰਗ ਦੈਟ ਸਾਮ ਭਾਵੇਂ ਦਾਊਦ ਨਬੀ ਨੇ ਜ਼ਬੂਰ ਲਿਖਿਆ ਸੀ ਐਂਡ ਦੈਟਸ ਪ੍ਰੋਫੈਟਿਕਲੀ ਅਬਾਊਟ ਦ ਕਮਿੰਗ ਆਫ ਜੀਸਸ ਔਰ ਦਾਊਦ ਨੇ ਇਹ ਨਬੂਵਤ ਕਈ ਸੌ ਸਾਲ ਪਹਿਲਾਂ ਯਿਸੂ ਦੇ ਆਮਦ ਬਾਰੇ ਆਖੀ ਇਟ ਸੇਸ ਬੀਹੋਲਡ ਆਈ ਡਿਲਾਈਟ ਟੂ ਡੂ ਥਾਈ ਵਿਲ ਵੇਖ ਮੇਰੇ ਪਰਮੇਸ਼ਰ ਮੈਂ ਤੇਰੀ ਮਰਜ਼ੀ ਨੂੰ ਪੂਰਾ ਕਰਕੇ ਖੁਸ਼ ਹਾਂ ਇਟ ਇਜ਼ ਰਿਟਨ ਇਨ ਦ ਸਕ੍ਰੋਲਸ ਅਬਾਊਟ ਮੀ ਹੀ ਸੇਸ ਕਿਤਾਬਾਂ 'ਚ ਲਿਖਤਾਂ 'ਚ ਮੇਰੇ ਲਈ ਇਸ ਤਰ੍ਹਾਂ ਲਿਖਿਆ ਹੋਇਆ ਹੈ ਆਈ ਡਿਲਾਈਟ ਟੂ ਡੂ ਯੋਰ ਵਿਲ ਮੈਂ ਖੁਸ਼ ਹਾਂ ਮੇਰੇ ਬਾਪ ਮੇਰੇ ਪਿਤਾ ਤੇਰੀ ਮਰਜ਼ੀ ਨੂੰ ਪੂਰਾ ਕਰ ਬ੍ਰਦਰਸ ਐਂਡ ਸਿਸਟਰਸ ਗੋਡ ਵਾਂਟਸ ਅਸ ਟੂ ਮੇਕ ਸਮ ਮੂਵ ਪਿਆਰੇ ਭੈਣ ਪ੍ਰਭੂ ਪ੍ਰਭੂ ਚਾਹੁੰਦਾ ਹੈ ਤੁਸੀਂ ਉਹਦੀ ਮਰਜ਼ੀ ਨੂੰ ਪੂਰਾ ਕਰੋ ਅੱਗੇ ਵਧੋ ਐਂਡ ਵੀ ਸੀ ਇਨ ਐਕਟਸ ਆਫ ਵੈਨ ਵੀ ਕਮ ਟੂ ਦੀ ਐਕਟਸ ਆਫ ਦੀ ਅਪੋਸਲਸ ਜਦੋਂ ਅਸੀਂ ਰਸੂਲਾਂ ਦੇ ਕਰਤਵ ਐਕਟਸ ਦੀ ਕਿਤਾਬ ਵਿੱਚ ਆਉਂਦੇ ਹਾਂ ਜਸਟ ਬਿਫੋਰ ਦੀ ਐਕਟਸ ਐਸ ਵੀ ਰੀਡ ਦ ਸਕ੍ਰਿਪਚਰਸ ਇਨ ਮੈਥਿਊ 28 ਟੁਨਾਈਟ ਜਾਂ ਅੱਜ ਦਾ ਕਲਾਮ ਜੋ ਮੱਤੀ ਦੀ ਕਿਤਾਬ 28 ਚੈਪਟਰ ਦੀ 20ਵੀਂ ਅੱਜ ਪੜਿਆ 19ਵੀਂ ਚ ਆਫਟਰ ਮੇਕਿੰਗ ਦ ਬਿਗੇਸਟ ਮੂਵ ਜੀਸਸ ਬਿਫੋਰ ਹੀ ਲੈਫਟ ਦਿਸ ਵਰਲਡ ਯਿਸੂ ਮਸੀਹ ਇਸ ਦੁਨੀਆ ਚੋਂ ਧਰਤੀ ਤੋਂ ਰਵਾਨਾ ਅਸਮਾਨ ਜਾਣ ਤੋਂ ਪਹਿਲਾਂ ਆਪਣੇ ਚੇਲਿਆਂ ਨੂੰ ਇਹ ਗੱਲ ਆਖੀ ਹੀ ਗੇਵ ਅ ਕਮਿਸ਼ਨ ਟੂ ਦ ਡਿਸਾਈਪਲਸ ਆਪਣੇ ਸ਼ਾਗਿਰਦਾਂ ਨੂੰ ਚੇਲਿਆਂ ਨੂੰ ਇੱਕ ਕਮਿਸ਼ਨ ਦਿੱਤਾ ਹੀ ਸੈਡ ਗੋ ਇਨਟੂ ਆਲ ਦ ਵਰਲਡ ਜਾਓ ਸਾਰੀ ਦੁਨੀਆ ਧਰਤੀ ਤੇ ਜਾਓ ਐਂਡ ਪ੍ਰੀਚ ਦ ਗੋਸਪਲ ਮੇਰਾ ਪ੍ਰਚਾਰ ਕਰੋ ਲੋਕਾਂ ਨੂੰ ਮੇਰਾ ਕਲਾਮ ਸੁਣਾਓ ਮੇਕ ਦਮ ਡਿਸਾਈਪਲਸ ਚੇਲੇ ਬਣਾਓ ਸ਼ਾਗਿਰਦ ਬਣਾਓ ਬੈਪਟਾਈਜ਼ ਦਮ ਇਨ ਦ ਨੇਮ ਆਫ ਦ ਫਾਦਰ ਸਨ ਐਂਡ ਦ ਹੋਲੀ ਸਪਿਰਿਟ ਪਿਤਾ ਪੁੱਤਰ ਪਵਿੱਤਰ ਆਤਮਾ ਦੇ ਨਾਮ ਤੇ ਉਹਨਾਂ ਨੂੰ ਬਪਤਿਸਮਾ ਦਿਓ ਆਈ ਵਿਲ ਬੀ ਵਿਦ ਯੂ ਔਰ ਵੇਖੋ ਮੈਂ ਜੁਗਾਂ ਦੇ ਅੰਤ ਤੱਕ ਤੁਹਾਡੇ ਨਾਲ ਹਾਂ ਇਵਨ ਅੰਟਿਲ ਦੀ ਐਂਡ ਆਫ ਦੀ ਏਜ ਦੁਨੀਆ ਦੇ ਅੰਤ ਤੱਕ ਮੈਂ ਤੁਹਾਡੇ ਨਾਲ ਹਾਂ ਦ ਵਨ ਹੂ ਮੇਡ ਦ ਮੂਵ ਜੋ ਖੁਦ ਚੱਲ ਕੇ ਆ ਗਿਆ ਨਾਓ ਹੀ ਇਸ ਗਿਵਿੰਗ ਅ ਕਮਿਸ਼ਨ ਟੂ ਮੂਵ ਹੁਣ ਸਾਨੂੰ ਚਰਚ ਨੂੰ ਕਲੀਸਿਆ ਨੂੰ ਇੱਕ ਹੁਕਮ ਦੇ ਰਿਹਾ ਹੈ ਕੈਨ ਯੂ ਥਿੰਕ ਆਫ ਚਰਚਸ ਵਿਚ ਆਰ ਨਾਟ ਔਨ ਦ ਮੂਵ ਜਿਹੜਾ ਇਹੋ ਜਿਹਾ ਚਰਚ ਸੋਚੋ ਜਿਹੜੇ ਵਾਧੇ ਨਹੀਂ ਉੱਥੇ ਬੈਠੇ ਜਿੱਥੇ ਹੈਗੇ ਦੇ ਆਰ ਡਾਈਂਗ ਚਰਚਸ ਉਹ ਮੁਰਦਾ ਕਲੀਸਿਆ ਨੇ ਮੁਰਦਾ ਚਰਚ ਨੇ ਯੂ ਨੋ ਯੂ ਡੋਨਟ ਹੈਵ ਟੂ ਗੋ ਟੂ ਫਾਰ ਟੂ ਸੀ ਦ ਡਾਈਂਗ ਚਰਚਸ ਜ਼ਿਆਦਾ ਦੂਰ ਜਾਣ ਦੀ ਲੋੜ ਨਹੀਂ ਤੁਸੀਂ ਇਰਦ ਗਿਰਦ ਦੇਖੋ ਚਰਚ ਮੁਰਦਾ ਪਏ ਨੇ ਦੇਰ ਯੂਸਟ ਟੂ ਬੀ ਅ ਸਲਵੇਸ਼ਨ ਆਰਮੀ ਚਰਚ ਜਸਟ ਅਕ੍ਰੋਸ ਫਰਮ ਅਸ ਕਾਰ ਪਾਰਕ ਦੇ ਸਾਹਮਣੇ ਜੋ ਸਿੰਘਾਂ ਨੇ ਗੁਰਦੁਆਰਾ ਲਿਆ ਉਹ ਸੈਲਵੇਸ਼ਨ ਆਰਮੀ ਦਾ ਜਗ੍ਹਾ ਸੀ ਦੈਟ ਚਰਚ ਹਸ ਬੀਨ ਕਲੋਜ਼ਡ ਇਟ ਬੀਕੇਮ ਅ ਸਿੱਖ ਟੈਂਪਲ ਨਾਓ ਉਹ ਚਰਚ ਬੰਦ ਹੋ ਗਿਆ ਹੈ ਉਹ ਸਿੱਖਾਂ ਦਾ ਇੱਕ ਗੁਰਦੁਆਰਾ ਬਣ ਗਿਆ 1985 ਵੀ ਯੂਸਟ ਟੂ ਲਿਵ ਅਬਾਊਟ ਦੀ ਕੁਆਲਿਟੀ ਮੀਟਸ ਔਨ ਦ ਕਿੰਗ ਸਟਰੀਟ 1985 ਕੁਆਲਿਟੀ ਮੀਟ ਜਿਹੜੀ ਸ਼ਾਪ ਹੈ ਉਹਦੇ ਉੱਪਰ ਅਸੀਂ ਰਹਿੰਦੇ ਸੀ ਐਵਰੀ ਸੰਡੇ ਈਵਨਿੰਗ ਵੀ ਯੂਸਟ ਟੂ ਸੀ ਵੀ ਲੁੱਕ ਥਰੂ ਦ ਵਿੰਡੋਜ਼ ਦ ਮਾਰਚ ਆਫ ਦ ਸੈਲਵੇਸ਼ਨ ਆਰਮੀ ਵਿਦ ਦ ਬੈਂਡ ਸਿੰਗਿੰਗ ਮੈਨੂੰ ਯਾਦ ਹੈ 1985 ਕੇ ਜਿਹੜਾ ਸੈਲਵੇਸ਼ਨ ਆਰਮੀ ਦਾ ਬੈਂਡ ਹੁੰਦਾ ਸੀ ਮਾਰਚ ਕਰਕੇ ਇੱਥੋਂ ਦੀ ਲੰਘਿਆ ਕਰਦੇ ਸੀ ਦੇਖਦੇ ਸਾਂ ਸੀ ਐਂਡ ਵੀ ਯੂਸਟ ਟੂ ਹੈਵ ਅ ਗ੍ਰੇਟ ਬਿਲਡਿੰਗ ਵੀ ਸਟਿਲ ਦ ਬਿਲਡਿੰਗ ਇਜ਼ ਦੇਅਰ ਮੈਥੋਡਿਸਟ ਕਿੰਗਸ ਹਾਲ ਚਰਚ ਔਰ ਕਿੰਗਸ ਹਾਲ ਮੈਥੋਡਿਸਟ ਚਰਚ ਕਿੰਨਾ ਵੱਡਾ ਸੀ ਉੱਥੇ ਉਸ ਰੋਡ ਤੇ ਵਾਟ ਅ ਸੈਡ ਥਿੰਗ ਇਟ ਇਜ਼ ਦੈਟ ਚਰਚ ਹੈਸ ਨਾਟ ਬੀਨ ਅ ਮੋਬਿਲਾਈਜ਼ਡ ਚਰਚ ਅਸੀਂ ਉਦਾਸ ਹਾਂ ਚਰਚ ਬੰਦ ਹੋ ਚੁੱਕਾ ਹੈ ਕਿੰਨੀ ਉਦਾਸੀ ਦੀ ਗੱਲ ਹੈ ਐਂਡ most of the people died and gone aur log mar mit gaye ne chale gaye ne few ancient folks are there they just holding on to the property kuch purane buzurg the baithe ne oh hi sirf thodiyan hi property this is john wesley's land I'm talking about john wesley jo methodist church da jinne vadda kaam kita if john wesley the founder of the methodist church come back now agar john wesley methodist church da jehda shuru karn wala si agar duniya ch wapas aaye he will be crying and weeping oh rovega ghutne tika ke khuda de kyunki eh ki hoya he will not take this nonsense which we see in our world now oh is bevkufi nu bardasht nahi karega jo aaj duniya ch ho rahi hai those great men and women paid a heavy price to build up the church in this nation prabhu de dasan dasiyan ne bande bandiyan ne badi vaddi keemat chukai duawan mang mang ke mehnatan kar kar ke church banwaye but I tell you we see the sadness many many church buildings are closed badi dasi di gal ਇਸ ਮੁਲਕ ਵਿੱਚ ਬੜੇ ਚਰਚ ਬੰਦ ਹੋ ਰਹੇ ਨੇ ਪਰ ਵਨ ਥਿੰਗ ਆਈ ਕੈਨ ਟੈਲ ਯੂ ਇਜ਼ ਥਿਸ ਪਰ ਇੱਕ ਗੱਲ ਮੈਂ ਤੁਹਾਨੂੰ ਸੱਚੀ ਦੱਸਦਾ ਹਾਂ ਬਿਲਡਿੰਗਸ ਮੇ ਬੀ ਕਲੋਜ਼ਡ ਇਮਾਰਤਾਂ ਬਿਲਡਿੰਗਾਂ ਭਾਵੇਂ ਚਰਚ ਦੀਆਂ ਬੰਦ ਹੋ ਜਾਣ ਬਟ ਜੀਸਸ ਡਿਕਲੇਅਰਸ ਵਾਂਸ ਅਗੇਨ ਲਾਈਕ ਥਿਸ ਪਰ ਯਿਸੂ ਮਸੀਹ ਇਸ ਗੱਲ ਦਾ ਇੱਕ ਵਾਰ ਫਿਰ ਦਾਵਾ ਕਰਦਾ ਆਈ ਵਿਲ ਬਿਲਡ ਮਾਈ ਚਰਚ ਮੈਂ ਆਪਣੀ ਕਲੀਸਿਆ ਆਪਣਾ ਚਰਚ ਬਣਾਵਾਂਗਾ ਐਂਡ ਦ ਗੇਟਸ ਆਫ ਹੈਲ ਸ਼ਲ ਨਾਟ ਪ੍ਰੀਵੇਲ ਅਗੇਨਸਟ ਇਟ ਔਰ ਨਰਕ ਦੇ ਦਰਵਾਜ਼ਿਆਂ ਦਾ ਉਹਦੇ ਉੱਤੇ ਕੋਈ ਹੱਕ ਅਧਿਕਾਰ ਨਾ ਹੋਵੇਗਾ ਐਂਡ ਯੂ ਐਂਡ ਆਈ ਵੀ ਆਰ ਮੈਂਬਰਸ ਆਫ ਗੋਡਸ ਚਰਚ ਅਸੀਂ ਔਰ ਤੁਸੀਂ ਯਿਸੂ ਮਸੀਹ ਦੇ ਚਰਚ ਦੇ ਮੈਂਬਰ ਹਾਂ ਐਂਡ ਸੋ ਦ ਗੋਡ
Gospels, as you finish the Gospels, come to Acts of the Apostles. ਜਦੋਂ ਅਸੀਂ ਗੋਸਪਲ ਦੀਆਂ ਕਿਤਾਬਾਂ ਨੂੰ ਖਤਮ ਕਰਕੇ ਰਸੂਲਾਂ ਦੀ ਕਿਤਾਬ ਬੁੱਕ ਆਫ ਐਕਟਸ ਆਉਂਦੇ ਹਾਂ. Chapter 1 verse 8 is a verse every Pentecostal Christian must memorize. ਪਹਿਲਾ ਚੈਪਟਰ ਦੀ 8 ਆਦ ਜਿਹੜੀ ਹਰ ਪੈਂਟੀਕੋਸਟਲ ਕ੍ਰਿਸਚੀਅਨ ਨੂੰ ਮਸੀਹ ਨੂੰ ਮੂੰਜਵਾਨੀ ਹੋਣੀ ਚਾਹੀਦੀ ਹੈ. It says you shall receive power after that the Holy Ghost has come upon you. ਤੁਸੀਂ ਸ਼ਕਤੀ ਪਾਓਗੇ, ਤਾਕਤ ਪਾਓਗੇ ਜਦੋਂ ਪਵਿੱਤਰ ਆਤਮਾ ਤੁਹਾਡੇ ਉੱਤੇ ਆ ਜਾਏਗਾ. And you shall be my witnesses in Jerusalem and all Judea and Samaria. ਤੁਸੀਂ ਮੇਰੇ ਗਵਾਹ ਹੋਵੋਗੇ ਜਰੂਸਲਮ, ਜੁਡਿਆ, ਸਾਮਰੀਆ ਧਰਤੀ ਦੇ ਬੰਨਿਆਂ ਤੇ. I learned in King James many years ago, that's why I'm still using King James. ਮੈਂ King James ਦੀ ਵਰਜ਼ਨ ਚ ਇਹ ਆਇਤ ਯਾਦ ਕੀਤੀ ਸੀ, ਯਾਦ ਹੈ. Even unto the uttermost parts of the earth. ਪਰਮੇਸ਼ਰ ਆਖਦਾ ਕਿ ਧਰਤੀ ਦੇ ਬੰਨਿਆਂ ਤੱਕ ਤੁਸੀਂ ਮੇਰੇ ਗਵਾਹ ਹੋਵੋਗੇ. Friends, Acts 1:8, does it mean anything to you? ਦੋਸਤੋ, ਰਸੂਲਾਂ ਦੀ ਕਿਤਾਬ ਪਹਿਲਾ ਚੈਪਟਰ 8 ਵਰਸ ਕੀ ਤੁਹਾਡੀ ਜ਼ਿੰਦਗੀ ਨੂੰ ਕੋਈ ਮਤਲਬ ਨਹੀਂ? If you are a spirit filled person. ਅਗਰ ਤੁਸੀਂ ਰੂਹਾਨੀ ਆਤਮਕ ਮਸੀਹੀ ਕ੍ਰਿਸਚੀਅਨ ਲੋਕ ਹੋ, you should be on the move. ਤੁਹਾਡੀ ਜ਼ਿੰਦਗੀ ਮਸੀਹ ਚ ਅੱਗੇ ਵਧਣੀ ਚਾਹੀਦੀ. You cannot be stagnant. ਇੱਕ ਜਗ੍ਹਾ ਤੇ ਬੈਠੇ ਨਹੀਂ ਰਹਿ ਸਕਦੇ. You cannot be dead religious. ਮੁਰਦਾ ਧਾਰਮਿਕ ਲੋਕ ਨਹੀਂ ਬਣ ਕੇ ਬੈਠ ਸਕਦੇ. You must be a person moving in the power of God. ਖੁਦਾ ਦੇ ਉਹ ਲੋਕ ਬਣ ਜਿਏ ਜਿਹੜੇ ਉਹਦੀ ਰੂਹ ਔਰ ਸ਼ਕਤੀ ਨਾਲ ਅੱਗੇ ਵਧਦੇ ਨੇ. You look at the letters of the apostle Paul. ਹੁਣ ਸੰਤ ਪੌਲਸ ਦੇ ਖਤਾਂ ਨੂੰ ਵੇਖੋ, ਬਾਈਬਲ and the book of Revelation. ਔਰ ਪ੍ਰਕਾਸ਼ਿਤ ਵਾਕਿਆ ਦੀ ਕਿਤਾਬ ਦੇਖੋ. And throughout you could see they are giving instructions to move forward. ਔਰ ਵੱਖ-ਵੱਖ ਜਗ੍ਹਾ ਤੇ ਬਾਈਬਲ ਚ ਲਿਖਿਆ ਕਿ ਹਰ ਨੂੰ ਹਦਾਇਤ ਦਿੱਤੀ ਗਈ ਕਿ ਅੱਗੇ ਮਸੀਹ ਚ ਵਧੋ. And as I close this message, short message today. ਔਰ ਇਸ ਮੈਸੇਜ ਨੂੰ ਮੈਂ ਸਮਾਪਤ ਕਰਦਾ ਹਾਂ. God's call is still for us. ਅੱਜ ਪ੍ਰਭੂ ਦਾ ਬੁਲਾਵਾ ਸਾਡੇ ਲਈ, ਤੁਹਾਡੇ ਲਈ ਹੈ. He who started the move from heaven. ਜਿਸ ਨੇ ਅਸਮਾਨ ਚੋਂ, ਸਵਰਗ ਚੋਂ ਸ਼ੁਰੂ ਕੀਤਾ ਹੈ ਕੰਮ. He who moved upon the face of the waters. ਜੋ ਪਾਣੀਆਂ ਤੇ ਚੱਲਣ ਵਾਲਾ ਪਰਮੇਸ਼ਰ ਹੈ. He who gave the mission to Adam and Eve to move. ਜਿਸ ਨੇ ਆਦਮ ਔਰ ਹਵਾ ਨੂੰ ਹੁਕਮ ਦਿੱਤਾ ਅੱਗੇ ਵਧਣ ਦਾ. And God who moved Abraham and his family out of Chaldea. ਜਿਸ ਨੇ ਅਬਰਾਹਮ ਤੇ ਉਹਦੇ ਪਰਿਵਾਰ ਨੂੰ ਬੁਲਾਇਆ ਉਸ ਖਾਨਦਾਨ ਵਿੱਚ. God who moved Israelites from the Egypt to come to the promised land. ਉਹ ਪਰਮੇਸ਼ਰ ਜਿਸ ਨੇ ਇਜ਼ਰਾਈਲੀਆਂ ਨੂੰ ਵਾਅਦਾ ਕੀਤਾ ਕਿ ਮਿਸ਼ਰ ਦੇਸ਼ ਨੂੰ ਛੱਡ ਕੇ ਵਾਅਦੇ ਦੀ ਧਰਤੀ ਵੱਲ ਜਾਓ. Jesus who commissioned the disciples to go into all the world. ਯਿਸੂ ਮਸੀਹ ਜਿਨੇ ਆਪਣੇ ਸ਼ਾਗਿਰਦਾਂ ਨੂੰ, ਚੇਲਿਆਂ ਨੂੰ ਹੁਕਮ ਦਿੱਤਾ, ਜਾਓ ਸਾਰੀ ਦੁਨੀਆ 'ਚ ਮੇਰੀ ਮਨਾਦੀ ਕਰੋ. The apostles who has commissioned to us and to declare to us we must be on the move. ਔਰ ਰਸੂਲਾਂ ਨੇ ਸਾਨੂੰ ਹੁਕਮ ਦਿੱਤਾ ਕਿ ਮਸੀਹ ਦਾ ਚਰਚ ਅੱਗੇ ਵਧਾਓ. He is still calling us. ਅੱਜ ਵੀ ਉਹ ਪ੍ਰਭੂ ਸਾਨੂੰ ਬੁਲਾ ਰਿਹਾ ਹੈ. 2016. 2016 ਸਾਲ ਵਿੱਚ Southall Church of God. Southall Church of God. Will you listen to the call of God? ਕੀ ਤੁਸੀਂ ਮਸੀਹ ਦੀ ਪੁਕਾਰ ਨੂੰ, ਉਹਦੇ ਬੁਲਾਵੇ ਨੂੰ ਸੁਣੋਗੇ? Oh, will you say we are so comfortable, we don't want to move? ਕਹੋਗੇ ਨਹੀਂ, ਚਰਚ ਹੀ ਜਾਣਾ ਕਾਫੀ ਹੈ. If you don't move forward. ਅਗਰ ਤੁਸੀਂ ਮਸੀਹ ਯਿਸੂ ਚ ਅੱਗੇ ਨਾ ਵਧੋਗੇ, you'll be left behind. ਤੁਸੀਂ ਪਿੱਛੇ ਰਹਿ ਜਾਓਗੇ. God wants us to be moving forward. ਪ੍ਰਭੂ ਚਾਹੁੰਦਾ ਮੇਰੇ ਲੋਕ ਅੱਗੇ ਵਧਣ. In closing, let me just mention and close. ਅਖੀਰ ਵਿੱਚ ਮੈਂ ਗੱਲ ਦੱਸ ਕੇ ਸਮਾਪਤ ਕਰਾਂਗਾ. In the book of Joshua chapter 3. ਜੋਸ਼ੂਆ ਦੀ ਕਿਤਾਬ ਤੀਸਰਾ ਚੈਪਟਰ. You see, God is commissioning to Joshua to move forward. ਪ੍ਰਭੂ ਜੋਸ਼ੂਆ ਨੂੰ ਹੁਕਮ ਦੇ ਰਿਹਾ ਕਿ ਅੱਗੇ ਵਧੋ. And he commanded him to call all the leaders under him. ਸਾਰੇ ਲੀਡਰਾਂ ਨੂੰ ਬੁਲਾਓ ਜੋ ਦੇ ਅੰਡਰ ਨੇ. And told them to you go and command to the people. ਕਿ ਲੋਕਾਂ ਨੂੰ ਜਾ ਕੇ ਸਿਖਾਓ. God take the first move. ਪ੍ਰਭੂ ਨੇ ਪਹਿਲਾ ਕਦਮ ਉਠਾਇਆ. Then his anointed leader. ਫਿਰ ਉਸਨੇ ਲੀਡਰਾਂ ਨੂੰ ਮਸਾ ਕੀਤਾ. Then the associate leaders. ਫਿਰ ਉਹਦੇ ਜਿਹੜੇ ਐਸੋਸੀਏਟਸ ਸਨ ਉਹਨਾਂ ਨੂੰ ਮਸਾ ਕੀਤਾ. Then the members of the body of Christ. ਫਿਰ ਜਿਹੜੇ ਮੈਂਬਰ ਸਨ ਸਾਰੇ ਉਹਨਾਂ ਨੂੰ ਮਸਾ ਕੀਤਾ. There was no rebelliousness, there's no stubbornness. ਕਿਸੇ ਨੇ ਵੀ ਕੋਈ ਵੀ ਢੀਠ ਨਹੀਂ ਬਣਿਆ, ਕਿਸੇ ਨੇ ਵੀ ਵਿਰੋਧ ਨਹੀਂ ਕੀਤਾ. There was order in the family of God. ਔਰ ਖੁਦਾ ਦੇ ਘਰ ਦੀ ਫੈਮਿਲੀ 'ਚ ਆਰਡਰ ਸੀ. God wants us to have an order in our church. ਪ੍ਰਭੂ ਚਾਹੁੰਦਾ ਸਾਡੇ ਚਰਚ ਵਿੱਚ, ਸਾਡੀ ਕਲੀਸਿਆ 'ਚ ਪ੍ਰਭੂ ਦਾ ਆਰਡਰ ਹੋਵੇ. And you know there are of course things happen and people couldn't make up sometimes in their lives. ਔਰ ਕਈ ਵਾਰੀ ਕੁਝ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਨੇ, ਲੋਕ ਕੰਮਾਂ ਨੂੰ ਪੂਰਾ ਨਹੀਂ ਕਰ ਸਕਦੇ. But this new year. ਪਰ ਨਵੇਂ ਸਾਲ 'ਚ ਪੈਣਾ ਪ੍ਰਭੂ. We must have a focus. ਸਾਡਾ ਮਨ ਜਿਹੜਾ ਬੜਾ ਧਿਆਨ ਵਾਲਾ ਹੋਣਾ ਚਾਹੀਦਾ. I will respect my leaders and my elders. ਅਸੀਂ ਆਪਣੇ ਲੀਡਰਾਂ ਦੀ, ਐਲਡਰਾਂ ਦੀ ਚਰਚ ਦੇ ਰਿਸਪੈਕਟ ਕਰਾਂਗੇ. I will respect and listen to the pastors. ਪਾਸਟਰਾਂ ਦੀ ਜਿਹੜੀ ਕਦਰ ਕੀਮਤ ਕਰਾਂਗੇ, ਸੁਣਾਂਗੇ. And I will honor those who are leading us. ਜੋ ਸਾਡੇ ਲੀਡਰਸ ਨੇ, ਅਸੀਂ ਉਹਨਾਂ ਦੀ ਇੱਜ਼ਤ ਕਰਾਂਗੇ. Like the congregation of Israel listened to Joshua and Moses. ਜਿਵੇਂ ਬਾਈਬਲ ਦੱਸਦੀ ਕਿ ਇਜ਼ਰਾਈਲੀ ਜਿਹੜੀ ਕੌਮ ਸੀ, ਉਹਨਾਂ ਨੇ ਮੂਸਾ ਤੇ ਜੋਸ਼ੂਆ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਿਆ. I will move but I will be moving behind. ਅਸੀਂ ਅੱਗੇ ਵਧਾਂਗੇ ਪਰ ਤੁਹਾਡੇ ਪਿੱਛੇ ਪਿੱਛੇ ਚੱਲਾਂਗੇ. Never get before the pastor, before the leaders. ਕਦੀ ਵੀ ਆਪਣੇ ਲੀਡਰਾਂ ਦੇ, ਪਾਸਟਰਾਂ ਦੇ ਅੱਗੇ ਨਹੀਂ ਹੋਣਾ. You read chapter 3 very carefully. ਜੋਸ਼ੂਆ ਦੀ ਕਿਤਾਬ ਤੀਸਰੇ ਚੈਪਟਰ ਨੂੰ ਧਿਆਨ ਨਾਲ ਪੜੋ. The people are following the leaders. ਲੋਕ ਆਪਣੇ ਲੀਡਰਾਂ ਦੇ, ਆਗੂਆਂ ਦੇ ਪਿੱਛੇ ਪਿੱਛੇ ਚੱਲਦੇ ਨੇ. Somebody came and told me. ਕਿਸੇ ਨੇ ਮੈਨੂੰ ਆਣ ਕੇ ਆਖਿਆ, Pastor ji, I think I have a ministry. ਪਾਦਰੀ ਸਾਹਿਬ, ਮੇਰੇ ਕੋਲ ਖਿਦਮਤ ਹੈ. ਐਂਡ ਆਈ ਆਸਕ ਦੈਟ ਪਰਸਨ ਵਾਟ ਇਜ਼ ਦ ਮਿਨਿਸਟਰੀ. ਮੈਂ ਕਿਹਾ ਵੀ ਭਰਾਵਾ ਕੀ ਸੇਵਾ ਹੈ ਤੇਰੇ ਕੋਲ? ਦੇ ਵਾਂਟ ਟੂ ਸਰਵ ਗੋਡ. ਉਹ ਕਹਿੰਦੇ ਸੀ ਪ੍ਰਭੂ ਦੀ ਸੇਵਾ ਕਰਨੀ ਚਾਹੁੰਦੇ ਆ. ਦੈਟ ਪਰਸਨ ਇਜ਼ ਨੋਨ ਟੂ ਸਮ ਆਫ ਅਸ. ਔਰ ਸਾਡੇ ਵਿੱਚੋਂ ਕਈ ਭਾਈ ਪੰਜਾਬ. ਡੋਨਟ ਆਸਕ ਮੀ ਹੂ ਇਟ ਇਜ਼, ਆਈ ਵੋਂਟ ਟੈਲ ਯੂ ਐਨੀਵੇ. ਪੁੱਛਣਾ ਨਹੀਂ, ਮੈਂ ਦੱਸਾਂਗਾ ਵੀ ਨਹੀਂ ਕੌਣ ਹੈ. And specifically that person said I want to lay hand on people. ਉਹ ਕਹਿੰਦਾ ਵੀ ਮੈਂ ਲੋਕਾਂ ਦੇ ਹੱਥ ਰੱਖ ਕੇ ਦੁਆ ਕਰਿਆ ਕਰਨੀ ਆ. ਇਟਸ ਨਾਟ ਅ ਮੈਨ, ਇਟਸ ਅ ਲੇਡੀ.
ਭੈਣ ਵਾ I mean, in the Asian culture, you know, some people don't like ladies laying hand on other people. ਸਾਡੇ ਏਸ਼ੀਅਨ ਕਲਚਰਸ ਵਿੱਚ ਬਹੁਤੇ ਚਰਚਾਂ ਜਿਹੜੀਆਂ ਭੈਣਾਂ ਨੇ ਉਹ ਹੱਥ ਰੱਖ ਕੇ ਲੋਕਾਂ ਤੇ ਦੁਆ But personally, I have no problem. ਮੈਨੂੰ ਇਸ ਗੱਲ ਨਾਲ ਕੋਈ ਪ੍ਰੋਬਲਮ ਨਹੀਂ ਹੈ But there are problems for some people. ਪਰ ਕਈ ਲੋਕਾਂ ਲਈ ਇਹ ਗੱਲ ਪ੍ਰੋਬਲਮ ਬਣ ਜਾਂਦੀ ਹੈ So I told that person who came to see me privately. ਮੈਂ ਉਸ ਭੈਣ ਨੂੰ ਆਖਿਆ ਜਿਹੜੀ ਮੈਨੂੰ ਮਿਲਣ ਆਈ ਸੀ privately. Why don't you come to the service and blend in and learn how to do things? ਤੂੰ ਸਰਵਿਸ ਚ ਆਇਆ ਕਰ ਤੂੰ ਸਿੱਖ ਲਾ ਕਿ ਕਿਸ ਤਰ੍ਹਾਂ ਕੰਮ ਕਰਨਾ ਹੈ। So but the person says God gave me a gift to heal people. ਪਰ ਉਹ ਭੈਣ ਕਹਿਣ ਲੱਗੀ ਲੇਕਿਨ ਪ੍ਰਭੂ ਨੇ ਮੈਨੂੰ ਗਿਫਟ ਦਿੱਤਾ ਮੈਂ ਪਹਿਲਾਂ ਹੱਥ ਰੱਖ ਕੇ ਲੋਕਾਂ ਨੂੰ ਸ਼ਿਫਾ ਦੇਵਾਂ। Other I think I thought about that person's family there is healing needed in that family first of all. ਮੈਂ ਸੋਚਿਆ ਉਸ ਫੈਮਿਲੀ ਲਈ ਉਹਨਾਂ ਨੂੰ ਤਾਂ ਖੁਦ ਸ਼ਿਫਾ ਦੀ ਲੋੜ ਹੈ ਪਹਿਲਾਂ। Why don't you heal your family first then you start the healing ministry in the church. ਪਹਿਲਾਂ ਆਪਣੀ ਫੈਮਿਲੀ ਨੂੰ ਹੀਲ ਕਰਕੇ ਆ ਫਿਰ ਚਰਚ ਵਿੱਚ ਲੋਕਾਂ ਨੂੰ ਹੀਲ ਕਰ। God anoints people with different anointings and different giftings. ਕਹਿੰਦਾ ਮਤਲਬ ਪ੍ਰਭੂ ਜਦ ਖੁਦਾ ਲੋਕਾਂ ਨੂੰ ਮਸਾ ਕਰਦਾ ਵੱਖ-ਵੱਖ ਕਮਾਂ ਲਈ। But anyone going above the leadership and ministering. ਅਗਰ ਕੋਈ ਚਰਚ ਦੇ ਲੀਡਰਾਂ ਨੂੰ ਛੱਡ ਕੇ ਆਪ ਮੋਰੇ ਹੋ ਕੇ ਕੰਮ ਕਰਨ ਲੱਗ ਜਾਏ। Bible doesn't support that. ਬਾਈਬਲ ਇਹੋ ਜਿਹੀਆਂ ਗੱਲਾਂ ਨੂੰ ਸਪੋਰਟ ਨਹੀਂ ਕਰਦੀ। The local church need to confirm your gift. That's what the scripture ਜਿਹੜਾ ਲੋਕਲ ਚਰਚ ਹੈ ਕਲੀਸਿਆ ਹੈ ਉਹ ਜਿਹੜੇ ਉਹਦੇ ਲੀਡਰਸ ਨੇ ਉਹ ਤੁਹਾਡੇ ਗਿਫਟਾਂ ਨੂੰ ਪਹਿਚਾਣਨ ਔਰ ਤੁਹਾਨੂੰ ਅੱਗੇ ਵਧਾਉਣ। All of a sudden you say I have a gift I'm going to heal people. No, that's not the scripture. ਤੁਸੀਂ ਉੱਠ ਕੇ ਮੇਰੇ ਕੋ ਆ ਗਿਫਟ ਹੈ ਮੈਂ ਆ ਕਰਨਾ ਵਾ ਇਹ ਗਲਤ ਗੱਲ ਹੈ। You to come and confirm with the leaders of the church. ਪਹਿਲਾਂ ਚਰਚ ਦੇ ਆਗੂਆਂ ਨੂੰ ਲੀਡਰਾਂ ਨੂੰ ਆਣ ਕੇ ਪੁੱਛੋ ਵੀ ਆ ਕੰਮ ਕਿਸ ਤਰ੍ਹਾਂ। And the leaders will train you. ਤੇ ਲੀਡਰ ਤੁਹਾਨੂੰ ਟ੍ਰੇਨਿੰਗ ਦੇਣਗੇ। And the leaders will test you. ਔਰ ਤੁਹਾਨੂੰ ਪਰਖਣਗੇ। The Bible says do not lay hand on anyone easily. ਬਾਈਬਲ ਚ ਲਿਖਿਆ ਆ ਪਲੂਸ ਕਹਿੰਦਾ ਤਿਮੋਥਿਸ ਨੂੰ ਕਿਸੇ ਤੇ ਐਵੇਂ ਹੱਥ ਨਾ ਰੱਖ ਕੇ ਦੁਆ ਕਰ। That's why we have process to become a minister many years. ਇਸੇ ਕਰਕੇ ਬਹੁਤ ਸਾਲ ਲੱਗਦੇ ਨੇ ਖਾਦਮ ਬਣਨ ਲਈ। We study the word. ਪਹਿਲਾਂ ਵਚਨ ਨੂੰ ਪੜ੍ਹਨਾ। And we check the character. ਫਿਰ ਤੁਹਾਡਾ ਚਾਲ ਚੱਲਣ ਵੇਖਿਆ ਜਾਂਦਾ ਹੈ। And we go to our headquarters and write examinations. ਔਰ ਹੈੱਡਕੁਆਰਟਰ ਚਰਚ ਆਫ ਗੋਡ ਦੇ ਹੈੱਡਕੁਆਰਟਰ ਚ ਐਗਜ਼ਾਮ ਦੇਣਾ ਪੈਂਦਾ ਹੈ। And they verify your CRB and DBS and everything. ਔਰ ਤੁਹਾਡੇ DBS ਚੈੱਕ ਕੀਤੇ ਜਾਂਦੇ ਨੇ CRB ਚੈੱਕ ਕੀਤੇ ਜਾਂਦੇ ਨੇ। It's a long process. Then only you become a minister. Minister ban li pastor ban li badi mehnat karni pendi hai. So that person came to me privately. I prayed for that person. Aur pehn mere ko privately aayi main ohde waste dua vi karda. I said brother sister I'm not going to say it's a male or female. Brother sister you know whoever you are may God bless you with that gift. Main unna kya prabhu tuhanu is gift te aashish deve. And come and blend in with the church service. Pehla church chan ke sikho service chan ke. And see how things are done. Pe kidda church vich assi karde ha. That person want to take over the pastor. Lekin oh ਪਾਸਟਰ ਤੋਂ ਵੀ ਪਹਿਲਾਂ ਉੱਪਰ ਦੀ ਕੰਮ ਕਰਨਾ ਚਾਹੁੰਦੇ ਨੇ ਐਂਡ ਸ਼ੋ ਦੈਟ ਆਈ ਐਮ ਅ ਹੀਲਰ ਕਿ ਦਿਖਾਉਣਾ ਚਾਹੁੰਦੇ ਨੇ ਲੋਕਾਂ ਨੂੰ ਕਿ ਸਾਡੇ ਵਿੱਚ ਸ਼ਿਫਾ ਹੈ ਸੈਡਲੀ ਦਿਸ ਇਜ਼ ਨਾਟ ਦ ਚਰਚ ਫਾਰ ਸੱਚ ਪੀਪਲ ਮਾਫ ਕਰਨਾ ਇਹੋ ਜਿਹੇ ਲੋਕਾਂ ਲਈ ਇਹ ਚਰਚ ਨਹੀਂ ਹੈ ਵੀ ਆਰ ਅ ਫੈਮਿਲੀ ਆਰਨਟ ਵੀ ਅਸੀਂ ਫੈਮਿਲੀ ਹੈ ਇੱਕ ਪਰਿਵਾਰ ਹਾਂ ਜਿਸ ਐਵਰੀਬਾਡੀ ਇਜ਼ ਅਕਾਊਂਟੇਬਲ ਟੂ ਈਚ ਅਦਰ ਅਸੀਂ ਇੱਕ ਦੂਜੇ ਦੇ ਪ੍ਰਤੀ ਜ਼ਿੰਮੇਵਾਰ ਹਾਂ ਐਸ ਆਈ ਐਮ ਅਕਾਊਂਟੇਬਲ ਆਈ ਸਬਮਿਟ ਟੂ ਮਾਈ ਲੀਡਰਸ ਮੈਂ ਆਪਣੇ ਲੀਡਰਾਂ ਲਈ ਅਕਾਊਂਟੇਬਲ ਹਾਂ ਐਸ ਦੇ ਸਬਮਿਟ ਟੂ ਮੀ ਉਹ ਮੇਰੇ ਅਧੀਨ ਨੇ ਐਂਡ ਵੀ ਮੇਕ ਅ ਵੰਡਰਫੁਲ ਫੈਮਿਲੀ ਆਫ ਗੋਡ ਅਸੀਂ ਫੈਮਿਲੀ ਬਣਾਉਣੇ ਪ੍ਰਭੂ ਦੀ ਇੱਕ ਸੋ ਜੋਸ਼ੂਆ ਇਜ਼ ਅ ਲੀਡਰ ਜੋਸ਼ੂਆ ਲੀਡਰ ਹੈ ਬਟ ਦ ਲੀਡਰ ਆਫ ਲੀਡਰਸ ਇਜ਼ ਜੀਸਸ ਔਰ ਲੀਡਰਾਂ ਦਾ ਲੀਡਰ ਯਿਸੂ ਮਸੀਹ ਹੈ ਟੂ ਹਿਮ ਵੀ ਆਲ ਆਰ ਅਕਾਊਂਟੇਬਲ ਔਰ ਜਿਹਦੇ ਸਾਹਮਣੇ ਅਸੀਂ ਸਾਰੇ ਜ਼ਿੰਮੇਵਾਰ ਹਾਂ ਆਈ ਐਮ ਵਿਲਿੰਗ ਟੂ ਮੂਵ ਦਿਸ ਈਅਰ ਫੋਰਵਰਡ ਮੈਂ ਤਿਆਰ ਹਾਂ ਇਸ ਸਾਲ ਵਿੱਚ ਅੱਗੇ ਵਧਾਂ ਐਂਡ ਆਈ ਵਾਂਟ ਸਮ ਯੰਗ ਪੀਪਲ ਬ੍ਰਦਰਸ ਸਿਸਟਰਸ ਹੂਐਵਰ ਯੂ ਆਰ ਟੂ ਮੂਵ ਵਿਦ ਮੀ ਮੈਂ ਚਾਹੁੰਦਾ ਮੇਰੇ ਨਾਲ ਬਜ਼ੁਰਗ ਬੱਚੇ ਭਾਈ ਭੈਣ ਮੇਰੇ ਨਾਲ ਅੱਗੇ ਵਧਣ ਐਂਡ ਆਈ ਵਾਂਟ ਏਵਰੀਵਨ ਟੂ ਗੈਟ ਟੂ ਦ ਪ੍ਰੋਮਿਸ ਗੈਟ ਟੂ ਦ ਪ੍ਰੋਮਿਸ ਲੈਂਡ ਸਭ ਨੇ ਸਾਡੇ ਚੋਂ ਸਭ ਦੇ ਸਭ ਉਸ ਵਾਅਦੇ ਵਾਲੀ ਧਰਤੀ ਤੇ ਪਹੁੰਚ ਜਾ ਇਫ ਯੂ ਹੈਵ ਅ ਗਿਫਟ ਡੋਨਟ ਹਾਈਡ ਇਟ ਅਗਰ ਗਿਫਟ ਹੈ ਛਪਾਉਣਾ ਨਹੀਂ bring out the gift is gift nu sade paas dasso if you have a gift of praying for people logan layi dua karni hai come to tuesday evening prayers aan ke mangalwar di dua te ta aan ke dua ta karo pehla if you have a gift of singing agar geet gaon da gift hai come on wednesday budhwar nu aan ke practice ta karo if you have a gift to learn bible or to teach bible later on bible di shiksha den da shauk hai pehla bible nu sikho aan ke come to thursday bible studies veerwar nu thursday nu bible di shiksha khud labo pehla where you can learn you can later on teach other people pehla shiksha khud labo fir dusre nu sikhao and if you want to serve in the communion agar communion vich seva karni hai come to the deacons training jadon deacons di training hundi aa jao if you want to serve as an usher usher church vich usher khade ho ke seva karni hai I come this friday we have training on wali friday nu aao training hai church vich if you want to serve in the operation kindness operation kindness vich seva karni hai brother joseph jack and the good team they will give you enough training bhai joseph jack di team vich shamil hovo if you want to be in the evangelism team evangelism team seva karni hai right now they are in havelock state by the way aur aaj di jo team hai oh havelock state ch and they're going to invade that place very soon aur bahut jaldi havelock state te prabhu yesu da vachan and we're going to see people coming from that area into the lord jesus christ log yesu
ਕਿਸੇ ਦੇ ਘਰ ਵਿੱਚ ਉਸ ਏਰੀਆ ਤੋਂ ਆਇਆ ਕਰ ਜੋਇਨ ਦ ਇਵੈਂਜੇਲਿਜ਼ਮ ਟੀਮ ਇਵੈਂਜੇਲਿਜ਼ਮ ਪ੍ਰਚਾਰਕ ਦੀ ਟੀਮ ਵਿੱਚ ਸ਼ਾਮਲ ਹੋ ਜਾਓ ਇਫ ਯੂ ਵਾਂਟ ਟੂ ਬੀ ਇਨ ਦ ਕਲੀਨਿੰਗ ਟੀਮ ਅਗਰ ਕਲੀਨਿੰਗ ਸਫਾਈ ਦੀ ਟੀਮ ਚੋਣਾ ਹੈ ਲੀਡ ਅੰਡਰ ਮੋਸਸ ਗੋਡਫ੍ਰੇ ਔਰ ਪਾਈ ਗੋਡਫ੍ਰੇ ਜੋ ਮੂਸਾ ਹੈ ਉਹਦੇ ਨਾਲ ਕੰਮ ਕਰੋ ਹੀ ਵਿਲ ਟੀਚ ਯੂ ਹਾਊ ਟੂ ਕੀਪ ਆਵਰ ਚਰਚ ਕਲੀਨ ਐਂਡ ਮੇਨਟੇਨ ਤੁਹਾਨੂੰ ਸਿਖਾਏਗਾ ਪਾਈ ਗੋਡਫ੍ਰੇ ਕਿ ਚਰਚ ਨੂੰ ਸਾਫ ਕਿੱਦਾਂ ਰੱਖਣਾ ਹੈ ਇਫ ਯੂ ਵਾਂਟ ਟੂ ਲਰਨ ਟੂ ਪ੍ਰੀਚ ਅਗਰ ਪ੍ਰੀਚ ਕਰਨਾ ਹੈ ਗੋ ਟੂ ਰੈਵਰਨ ਜਾਇ ਰੈਵਰਨ ਜੈ ਕੋ ਜਾਓ ਐਂਡ ਹੀ ਇਜ਼ ਦ ਬੈਸਟ ਪ੍ਰੀਚਰ ਇਨ ਦਿਸ ਚਰਚ ਵਧੀਆ ਪ੍ਰਚਾਰਕ ਹੈ ਚਰਚ ਵਿੱਚ ਐਨੀ ਆਮੇਨ ਫਾਰ ਦੈਟ come on, a big amen, please. All right. If you want to sing in Punjabi or Urdu, go to this gentleman. No, sir. Punjabi or Urdu cha chhe geet gaane ne khud gao. If you want to drive a limousine, go to Benjamin. Agar limo ji sikhni hai, ta Benjamin ko jao. There are so many opportunities. If you want to be an accountant, go to Brother Jai or Sebastian. Aur accountant da kaam karna hai, Pai Jai ko ya Pai Sebastian ko jao. There are people here to help you. Aur log todi madad karne ge. If you want to drive a taxi, a good one. Vadhiya taxi chalani hai. A Benz one. Benz taxi. A limousine one. Limousine. Or what's the one you drive? Any car. If you want to drive any car, go to Farzan. My Farzan ko sikh lo har gaddi chala. I'm just mentioning some qualified people. There are all of you qualified. Just mention some name. There is help here. Achhiya qualities ne qualifications ne. But after all that one person, I just want to lay hand on prayer. Par ek aadmi jada hai hath rakh ke dua mangni chahunda hai. They think that person think that is the greatest job. Oh sochde hai ki hath rakh ke dua mangna hai sab to bada kaam hai. But Timothy says do not lay hand on anyone. Lekin Bible dasdi hai Paulus Timotheus de khas likhda ki har ek te hath rakh ke dua na karya kar. It is very serious, brothers and sisters. Bahut hi gambhir gall hai lokan de hath rakh ke dua. Let's move under God. Prabhu di aatma rooh de vich agge vadho. Let's move behind the leaders of our church. Church de leaderan de piche piche chalna. Don't take over. Agge khud nahi but hoke kaam. And some people try to take over in the Old Testament. They had sickness in their bodies. Kai logan de mana vich bimariyan ne dukh ne. Moses' sister. Musa di jehdi sister si pehn si. Tell Moses, are you the only one gifted? Te ohdi pehn Maryam kehne lagi ki Musa ki khuda tenna galla karda sade na nahi kar sakda. And the next day she had leprosy. Pata ki hoya si agle din Bible cho pata onu kod ho gaya si Maryam nu. When you speak against servants of God. Jad assi khuda de khadman de koi gall chugliyan karde ha virudh bolde ha. A curse come to us. Sadi zindagi te shraap aa janda. You know, I said some wrong things about some people years ago. Pata sab kende main vi apne muh kai khuda de khadman layi galat gallan keh chuka pichhe. While I was in India, but I apologized to them. Jad main India si main maafi mangi unna kol. I told that pastor I'm sorry, I said this. Main unna kya vi sorry. ਮਾਫ ਕਰਨਾ ਮੈਂ ਤੁਹਾਡੇ ਬਾਰੇ ਗੱਲ ਆਨ ਆਮ ਗਲੈਡ ਮਾਈ ਕਨਸ਼ੀਅੰਸ ਇਜ਼ ਕਲੀਅਰ ਮੈਂ ਖੁਸ਼ ਹਾਂ ਕਿ ਮੇਰੀ ਸੁਚੇਤਨਾ ਸਾਫ਼ ਹੈ ਪਲੀਜ਼ ਡੋਨਟ ਟੇਕ ਓਵਰ ਐਨੀਬਾਡੀ অর ਐਨੀਥਿੰਗ ਜੋ ਵੀ ਕੋਈ ਸੇਵਾ ਕਰਦਾ ਉਹਨਾਂ ਸੇਵਾ ਨੂੰ ਆਪ ਨਹੀਂ ਉਹਦੇ ਅੱਗੇ ਹੋਣਾ ਸਟੇ ਬਿਹਾਈਂਡ ਦ ਵਰਡ ਪ੍ਰਭੂ ਦੇ ਵਚਨਾਂ ਤੇ ਚੱਲਣਾ ਖੁਦਾ ਦੇ ਕਲਾਮ ਤੇ ਸਟੇ ਅੰਡਰ ਜੀਸਸ ਯਿਸੂ ਮਸੀਹ ਦੇ ਪਿੱਛੇ ਪਿੱਛੇ ਚੱਲਣਾ ਵਾ ਦਰ ਅਪੋਸਟਲਸ ਪਾਸਟਰਸ ਇਵੈਂਜੇਲਿਸਟ ਟੀਚਰਸ ਪ੍ਰਚਾਰਕ ਨੇ ਪਾਸਵਾਨ ਨੇ ਟੀਚਰ ਨੇ ਖਿਦਮਤ ਕਰਨ ਵਾਲੇ ਸੇਵਕ ਨੇ ਲੈਟਸ ਮੂਵ ਫਾਰਵਰਡ ਆਓ ਸਾਰੇ ਮਿਲ ਕੇ ਅੱਗੇ ਵਧੀਏ ਟੁਗੇਦਰ ਮਿਲ ਕੇ That's the greatest job God has for us. ਸਭ ਤੋਂ ਵਧੀਆ ਕੰਮ ਖੁਦਾ ਚਾਹੁੰਦਾ ਸੀ ਕਰੀਏ. God is moving. ਪ੍ਰਭੂ ਅੱਗੇ ਵਧਦਾ ਹੈ. We are on the move. ਅਸੀਂ ਉਹਦੇ ਨਾਲ ਚੱਲਾਂਗੇ. And as you begin to move. ਜਦੋਂ ਨਵੇਂ ਸਾਲ ਚ ਅਸੀਂ ਸਾਰੇ ਮਿਲ ਕੇ ਅੱਗੇ ਵਧਾਂਗੇ. Closed churches will be opened. ਬੰਦ ਚਰਚ ਖੁੱਲ ਜਾਣਗੇ. The ones which are taken by others will be opened. ਜਿਹੜੇ ਚਰਚ ਗੈਰ ਕੌਮਾਂ ਨੇ ਖਰੀਦ ਲੈ ਰਹੇ ਉਹ ਵੀ ਪ੍ਰਭੂ ਵਾਪਸ ਦੇਵੇਗਾ. Backsliders will return. ਜੋ ਪ੍ਰਭੂ ਤੋਂ ਦੂਰ ਹੋ ਰਹੇ ਨੇ ਉਹ ਵੀ ਮੁੜਨਗੇ. And revival will come. ਔਰ ਚਰਚ ਰਿਵਾਈਵਲ ਆ ਜਾਏਗਾ. God bless you with this. ਪ੍ਰਭੂ ਤੁਹਾਨੂੰ ਆਸ਼ੀਸ਼ ਦੇਵੇ. Praise the Lord. Thank you, Pastor, for that wonderful first message of 2016. Let us be prepared to move in the power of the Holy Spirit to fulfill God's purposes in our lives.